सत श्री अकाल लोकराणी चैनल पंजाबी देख रहे हैं सारे दर्शकों का स्वागत है। खबरां टॉप दियां दे विच मेरे नाल सीनियर पत्रकार परमिंदर सिंह रायपुर मौजूद ने। वड्डियां खबरां उत्ते गलबात करेंगे। सब तो पहला जिहड़ी फटकार सरकार नूं हाईकोर्ट तो पई है दिल्ली दंगियां दे मामले दे विच, उहनूं थोड़ा जिहा होर पड़चोल करन दी जरूरत है कि आखिरकार हाईकोर्ट ने की कहा, सरकारां ने की कुछ कीता ਤੇ ਇਸਦੇ ਵਿਚਾਲੇ ਅੰਦੋਲਨ ਜਿਹੜੇ ਅੰਦੋਲਨ ਚੱਲਦੇ ਨੇ ਪਹਿਲਾਂ ਚੱਲਦੇ ਆ ਰਹੇ ਨੇ ਜਾਂ ਕਿਸਾਨੀ ਅੰਦੋਲਨ ਚੱਲ ਰਿਹਾ ਜਾਂ ਅੱਗੋਂ ਭਵਿੱਖ ਦੇ ਵਿੱਚ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦੇ ਅੰਦੋਲਨ ਜਦੋਂ ਕੋਈ ਆਵਾਜ਼ ਚੁੱਕਦਾ ਉਹਨਾਂ ਦੇ ਉੱਤੇ ਇਸ ਫੈਸਲੇ ਦਾ ਇਸ ਟਿੱਪਣੀ ਦਾ ਕਿੰਨਾ ਕੁ ਅਸਰ ਪੈਂਦਾ, ਕਿਸ ਤਰੀਕੇ ਨਾਲ ਦੇਖਿਆ ਜਾਂਦਾ, ਉਹਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਹੋਰ ਖਬਰਾਂ ਪੰਜਾਬ ਦੀ ਸਿਆਸਤ ਨਾਲ ਰਿਲੇਟਡ ਹੋਣਗੀਆਂ, ਸਿੱਖ ਸਿਆਸਤ ਨਾਲ ਵੀ ਰਿਲੇਟਡ ਹੋਣਗੀਆਂ, ਸ਼੍ਰੋਮਣੀ ਕਮੇਟੀ ਦੇ ਨਾਲ ਜਿਹਨਾਂ ਦਾ ਸੰਬੰਧ ਹੈ ਸਿੱਧੇ ਤੌਰ ਦੇ ਉੱਤੇ ਉਹਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਪਰਮਿੰਦਰ ਜੀ ਸਵਾਗਤ ਹੈ ਤੁਹਾਡਾ ਲੋਕਰਾਣੀ ਚੈਨਲ ਪੰਜਾਬੀ ਦੇ। ਸਤਿ ਸ੍ਰੀ ਅਕਾਲ ਜੀ ਸੁਖਵਿੰਦਰ ਜੀ, ਸਾਰਿਆਂ ਨੂੰ ਧੰਨਵਾਦ ਹੈ ਤੁਹਾਡਾ ਵੀ। ਸਤਿ ਸ੍ਰੀ ਅਕਾਲ ਪਰਮਿੰਦਰ ਜੀ, ਕਿੱਦਾਂ ਦੇਖਦੇ ਹੋ ਦਿੱਲੀ ਹਾਈਕੋਰਟ ਦੇ ਇਸ ਫੈਸਲੇ ਨੂੰ? ਏਦਾਂ ਕਹਿ ਲਓ ਕਿ ਇੱਕ ਤਰੀਕੇ ਦੇ ਨਾਲ ਸਰਕਾਰਾਂ ਨੂੰ ਜਿਹੜਾ ਸ਼ਰਮਸਾਰ ਕੀਤਾ ਗਿਆ, ਕੀ ਕੁਝ ਕਿਹਾ ਗਿਆ ਤੇ ਇਹਦੇ ਨਾਲ ਅੰਦੋਲਨ ਜਾਂ ਦੇਸ਼ ਦੇ ਵਿੱਚ ਕਿੰਨੀ ਕੁ ਜਿਹੜੀ ਆ ਉਹ ਇੱਕ ਤਾਕਤ ਜਿਹੜੀ ਆ ਅੰਦੋਲਨਕਾਰੀਆਂ ਨੂੰ ਮਿਲੇਗੀ ਜਾਂ ਜਿਹੜੇ ਲੋਕ ਆਪਣਾ ਵਿਰੋਧ ਜਤਾਉਂਦੇ ਨੇ ਸਰਕਾਰਾਂ ਪ੍ਰਤੀ ਉਹਦੇ ਵਿੱਚ ਕਿੰਨਾ ਕੁ ਬਦਲਾਅ ਆਉਣਾ? ਦੇਖੋ ਸਮੇਂ ਸਮੇਂ ਦੇ ਉੱਤੇ ਸੁਖਵਿੰਦਰ ਜੀ ਜਿਹੜੀਆਂ ਸਰਕਾਰਾਂ ਨੇ ਇਹ ਲੋਕ ਅੰਦੋਲਨਾਂ ਨੂੰ ਦੱਬਣ ਦੇ ਲਈ ਆਪਣੀ ਪਾਵਰ ਦਾ ਬਾਖੂਬੀ ਇਸਤੇਮਾਲ ਕਰਦੀਆਂ ਨੇ ਔਰ ਉਹ ਧਾਰਾਵਾਂ ਲਾ ਕੇ ਜਿਹੜੇ ਵਿਰੋਧ ਕਰ ਰਹੇ ਹੁੰਦੇ ਨੇ ਜਾਂ ਸਰਕਾਰ ਦੀਆਂ ਨੀਤੀਆਂ ਗਲਤ ਨੀਤੀਆਂ ਨੂੰ ਲੋਕਾਂ ਚ ਲੈ ਕੇ ਜਾ ਰਹੇ ਹੁੰਦੇ ਨੇ ਜਾਂ ਉਹ ਚਾਹੇ ਮਾਧਿਅਮ ਕੋਈ ਵੀ ਹੋਵੇ ਜਾਂ ਰੋਸ ਪ੍ਰਦਰਸ਼ਨ ਰਾਹੀਂ ਹੋਵੇ, ਬਿਆਨ ਰਾਹੀਂ ਹੋਵੇ, ਜਿੱਦਾਂ ਕਿਤੇ ਭਾਸ਼ਣ ਰਾਹੀਂ ਦੇ ਕਿਸੇ ਇਕੱਠਾਂ ਦੇ ਵਿੱਚ ਜਾਂ ਮੀਟਿੰਗਾਂ ਦੇ ਵਿੱਚ ਹੋਵੇ, ਤਾਂ ਉਹਨਾਂ ਦੇ ਉੱਤੇ ਜਿਹੜਾ ਹੈਗਾ ਜਿੰਨਾ ਵੀ ਸਖ਼ਤ ਕਾਨੂੰਨ ਵਰਤ ਸਕਦੀ ਹੈ ਸਰਕਾਰ ਪਾਵਰ ਦਿਖਾਉਣ ਦੇ ਲਈ ਤੇ ਉਹਨਾਂ ਨੂੰ ਅੰਦਰ ਡੱਕਣ ਦੇ ਲਈ, ਜਿੱਥੇ ਜ਼ਮਾਨਤਾਂ ਨਾ ਹੋਣ, ਜਿੱਥੇ ਉਹਨਾਂ ਨੂੰ ਦੇਸ਼ ਧਰੋਹ ਵਰਗੇ ਮੁਕੱਦਮਿਆਂ ਦਾ ਸਾਹਮਣਾ ਕਰਨਾ ਪਵੇ, ਜਿੱਥੇ UAPA ਵਰਗੇ ਕਾਨੂੰਨਾਂ ਦੇ ਤਹਿਤ ਉਹਨਾਂ ਐਕਟਾਂ ਦੇ ਤਹਿਤ ਚੱਕ ਕੇ ਅੰਦਰ ਕਰ ਦਿਆ ਜਾਵੇ ਤਾਂ ਕਿ ਇਹ ਬਾਹਰ ਨਾ ਆ ਸਕਣ ਔਰ ਲੋਕਾਂ ਦੇ ਵਿੱਚ ਇਹ ਦਬਦਬਾ ਬਣਿਆ ਰਹੇ ਕਿ ਜੇ ਸਰਕਾਰ ਦੇ ਵਿਰੁੱਧ ਬੋਲੋਗੇ ਤਾਂ ਐਂ ਅੰਦਰ ਡੱਕੇ ਜਾਓਗੇ, ਜੇ ਜ਼ਮਾਨਤ ਵੀ ਨਹੀਂ ਹੋਣੀ ਨਾ ਕਿਸੇ ਨੂੰ ਮਿਲਣ ਦੇਣਾ ਔਰ ਸਾਰੀ ਉਮਰ ਜੇਲ੍ਹ 'ਚ ਸੜੋਗੇ। ਤੁਸੀਂ ਦੇਖਿਆ ਹੀ ਹੈ ਆਹ ਜਿਹੜੀਆਂ ਹੁਣ ਜੋ ਨਵਾਂ ਫੈਸਲਾ ਆਇਆ ਦਿੱਲੀ ਹਾਈਕੋਰਟ ਦਾ ਆਇਆ, ਜਿਹੜੇ ਵਿਦਿਆਰਥੀਆਂ ਨੂੰ ਜਵਾਹਰ ਲਾਲ ਨਹਿਰੂ ਜਿਹੜਾ ਯੂਨੀਵਰਸਿਟੀ ਆ ਉੱਥੋਂ ਦੇ ਤੇ ਇੱਕ ਨਤਾਂਸ਼ਾ ਨਾਂ ਦੀ ਹੈ, ਇੱਕ ਦਿਵਾਂਗਨਾ ਨਾਂ ਦੀ ਵਿਦਿਆਰਥਣ ਹੈ, ਇੱਕ ਇਕਬਾਲ ਨਾਂ ਦਾ ਵਿਦਿਆਰਥੀ ਹੈ, ਉਹਨਾਂ ਨੂੰ ਜ਼ਮਾਨਤਾਂ ਦਿੱਤੀਆਂ ਗਈਆਂ ਨੇ। ਬਕਾਇਦਾ ਤੌਰ ਤੇ ਕਿਹਾ ਗਿਆ ਕਿ ਸਰਕਾਰ ਹੈ ਜਿਹੜੀ ਉਹ ਰੋਸ ਪ੍ਰਦਰਸ਼ਨ ਉੱਤੇ ਇਸ ਤਰ੍ਹਾਂ ਰੋਕ ਨਹੀਂ ਲਾ ਸਕਦੀ ਔਰ ਇਹਨਾਂ ਨੂੰ ਰੋਸ ਪ੍ਰਦਰਸ਼ਨਾਂ ਔਰ ਖ਼ਾਸ ਕਰ ਜਿਹੜੀਆਂ ਦਹਿਸ਼ਤੀ ਕਾਰਵਾਈਆਂ ਨੇ ਉਹਨਾਂ ਦੇ ਵਿੱਚ ਜਿਹੜੀ ਲਕੀਰ ਹੈ ਉਹਨੂੰ ਧੁੰਦਲਾ ਨਹੀਂ ਕਰ ਸਕਦੀ ਕਿਸੇ ਆਪਣੀ ਤਾਂਘ ਦੇ ਤਹਿਤ, ਕੋਈ ਆਪਣੀ ਇੱਛਾ ਕਹਿ ਲਓ ਵੀ ਪੂਰੀ ਕਰਨ ਦੇ ਤਹਿਤ ਜਾਂ ਆਪਣੀ ਨੀਤੀ ਨੂੰ ਲਾਗੂ ਕਰਨ ਦੇ ਤਹਿਤ ਜਿਹੜੀ ਕਿਤੇ ਸਰਕਾਰ ਨੇ ਥੋਪੀ ਹੁੰਦੀ ਹੈ ਲੋਕਾਂ ਦੇ ਉੱਤੇ, ਉਹਨਾਂ ਦੇ ਉੱਤੇ ਆਹ ਇੱਦਾਂ ਦੇ ਐਕਟ ਲਾ ਕੇ UAPA ਵਰਗੇ ਐਕਟ ਲਾ ਕੇ ਤੁਸੀਂ ਉਹਨਾਂ ਨੂੰ ਅੰਦਰ ਨਹੀਂ ਦੇ ਸਕਦੇ। ਔਰ ਇਹ ਵੀ ਹੈਗਾ ਕਿ ਸਰਕਾਰ ਨੂੰ ਜਿਹੜੀ ਝਾੜ ਪਈ ਉਹ ਇਹੀ ਹੈ ਕਿ ਵੱਡੀ ਐਂ ਕਹਿ ਲਓ ਕਿ ਨਿਆਂਪਾਲਿਕਾ ਨੇ ਇੱਕ ਚਪੇੜ ਵੀ ਮਾਰੀ ਆ, ਉਹ ਇਹ ਕਿਹਾ ਕਿ ਰਾਸ਼ਟਰਵਾਦ ਦੇ ਨਾਂ ਦੇ ਉੱਤੇ ਜਿਹੜਾ ਤੁਸੀਂ ਇੱਕ ਆਪਣਾ ਵਿਰੋਧ ਜਿਹੜਾ ਪ੍ਰਦਰਸ਼ਨ ਹੈਗਾ ਉਹਦੇ ਤੇ ਰੋਕ ਲਾਉਣ ਦੇ ਲਈ ਦਹਿਸ਼ਤੀ ਕਾਰਵਾਈਆਂ ਦਾ, ਅੱਤਵਾਦੀ ਕਾਰਵਾਈਆਂ ਦਾ ਨਾਂ ਦੇ ਕੇ ਤੁਸੀਂ ਅਕਸ ਧੁੰਦਲਾ ਕਰਦੇ ਹੋ, ਨਿਆਂ ਦੇ ਵਿੱਚ ਵੀ ਜਿਹੜਾ ਹੈਗਾ ਉਹ ਰੁਕਾਵਟ ਪਾਉਂਦੇ ਹੋ। ਹੇਠਲੀ ਅਦਾਲਤ ਦੇ ਜਿਹੜੀ ਜ਼ਮਾਨਤ ਅਰਜ਼ੀ ਖਾਰਜ ਕੀਤੀ ਸੀਗੀ ਉਹਦੇ ਫੈਸਲੇ ਦੇ ਉੱਤੇ ਇੱਕਦਮ ਰੋਕ ਲਗਾਈ ਗਈ ਹੈ, ਖਾਰਜ ਕੀਤਾ ਗਿਆ, ਰੱਦ ਕਰ ਦਿੱਤਾ ਗਿਆ ਫੈਸਲਾ ਦਿੱਲੀ ਹਾਈਕੋਰਟ ਵੱਲੋਂ, ਔਰ ਜ਼ਮਾਨਤ ਦੇ ਦਿੱਤੀ ਗਈ ਹੈ ਪੱਕੇ ਤੌਰ ਤੇ, ਪਾਸਪੋਰਟ ਜਮ੍ਹਾਂ ਕਰਾਉਣ ਦੀ ਜਿਹੜੀ ਸ਼ਰਤ ਹੈ ਉਹ ਰੱਖੀ ਹੈ। ਤੇ ਇਹ 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 ਵੀ ਕਿਹਾ ਗਿਆ ਹੈ ਕਿ ਕੋਈ ਭੜਕਾਊ ਭਾਸ਼ਣ, ਚੱਕਾ ਜਾਮ ਤੇ ਜਾਂ ਔਰਤਾਂ ਨੂੰ ਭੜਕਾਉਣਾ ਕਿਸੇ ਤਰ੍ਹਾਂ ਦਾ, ਕੋਈ ਭਾਸ਼ਣ ਦੇ ਕੇ ਕਿਸੇ ਤਰ੍ਹਾਂ ਦਾ, ਤਾਂ ਉਹਨੂੰ ਤੁਸੀਂ ਅੱਤਵਾਈ ਕਾਰਵਾਈ ਨਹੀਂ ਗਰਦਾਨ ਸਕਦੇ, ਉਹ ਉਹਨਾਂ ਦਾ ਮੌਲਿਕ ਅਧਿਕਾਰ ਹੈ, ਕਾਨੂੰਨ ਦੀ ਉਲੰਘਣਾ ਕੋਈ ਨਹੀਂ ਹੈ। ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਦੇਖਿਆ ਜਾ ਸਕਦਾ, ਤੁਸੀਂ ਕਿੰਨੇ ਹੀ ਨੌਜਵਾਨਾਂ ਨੂੰ UAPA ਦੇ ਐਕਟ ਤਹਿਤ ਚੱਕ ਕੇ ਅੰਦਰ ਕਰਿਆ ਹੋਇਆ ਜਿਨ੍ਹਾਂ ਦੀਆਂ ਜ਼ਮਾਨਤਾਂ ਨਹੀਂ ਹੋ ਰਹੀਆਂ ਤੇ ਜਿਹਨਾਂ ਨੂੰ ਮਿਲਣ ਵੀ ਨਹੀਂ ਦਿਆ ਜਾਂਦਾ, ਟੋਰਚਰ ਕੀਤਾ ਜਾਂਦਾ, ਉਹਨਾਂ ਦੀਆਂ ਜ਼ਿੰਦਗੀਆਂ ਵੀ ਖਰਾਬ ਕਰਤੀਆਂ, ਸੋ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਸ ਫੈਸਲੇ ਨਾਲ ਕੋਈ ਬਲ ਮਿਲੇਗਾ ਕਾਨੂੰਨੀ ਕਾਰਵਾਈ ਦੇ ਵਿੱਚ, ਉਹਨਾਂ ਨੂੰ ਵੀ ਫਾਇਦਾ ਹੋਏਗਾ ਕਿ ਕਿਸੇ ਤਰੀਕੇ ਨਾਲ ਕੋਈ ਜ਼ਮਾਨਤ ਲਾਸ਼ ਕੇ ਇਸ ਫੈਸਲੇ ਨੂੰ ਨਾਲ ਲੈ ਕੇ ਆ। ਤੇ ਦੂਜੇ ਪਾਸੇ ਜਿਹੜਾ ਕਿਸਾਨ ਅੰਦੋਲਨ ਹੈ ਤੁਸੀਂ ਦੇਖਿਆ ਕਿ ਉਹਦੇ ਵਿੱਚ ਵੀ ਸਰਕਾਰ ਨੇ ਕਿਵੇਂ ਅੜਚਣਾ ਅਡਾਉਣ ਵਾਸਤੇ, ਕਿਵੇਂ ਕਾਨੂੰਨ ਦਾ ਸਹਾਰਾ ਲੈਣ ਵਾਸਤੇ ਕਿੱਦਾਂ ਦੇ ਹੱਥਕੰਡੇ ਬਣਾਏ ਆ, ਹੁਣ ਟਵਿੱਟਰ ਵਗੈਰਾ ਹੈਂਡਲ ਜਥੇਬੰਦੀ ਦੇ ਕਰਤੇ ਕਿਸਾਨ ਆਗੂ ਦੋਸ਼ ਲਾ ਰਹੇ ਨੇ, ਸੋਸ਼ਲ ਮੀਡੀਆ ਨੂੰ ਤੁਸੀਂ ਦੇਖਿਆ ਹੀ ਹੈ ਕਿਵੇਂ ਕੈਪਚਰ ਕੀਤਾ ਜਾ ਰਿਹਾ,
ਆਪਣੇ ਹੱਥ ਦੇ ਵਿੱਚ ਕੀਤਾ ਜਾ ਰਿਹਾ, ਕੰਟਰੋਲ ਕੀਤਾ ਜਾ ਰਿਹਾ, ਯਾਨੀ ਕਿ ਜਿਹੜਾ ਤੁਸੀਂ ਬੋਲਣ ਦਾ ਅਧਿਕਾਰ ਇੱਕ ਵਾਰ ਤੱਕ, ਇੱਕ ਤਾਂ ਪਾਸੇ ਸਰਕਾਰ ਕਹਿੰਦੀ, ਇੱਕ ਮੰਤਰੀ ਮੰਚਾਂ ਤੇ ਜਿਹੜਾ ਕਿਸਾਨ ਵੀ ਦੋਸ਼ ਲਾ ਰਹੇ ਨੇ ਕਿ ਜੀ ਸਾਹਿਬਨ ਵਰਗੇ ਜਿਹੜੇ ਇੱਕ ਮੰਤਰੀ ਮੰਚ ਹੁੰਦੇ ਨੇ ਉਹਨਾਂ ਦੇ ਉੱਤੇ ਜਾ ਕੇ ਤੁਸੀਂ ਬੋਲਦੇ ਹੋ ਕਿ ਬੋਲਣ ਦਾ ਅਧਿਕਾਰ ਹੁੰਦਾ ਹੈ, ਉਹਦੀ ਬਕਾਇਦਾ ਤੌਰ ਤੇ ਰੱਖਿਆ ਸੁਰੱਖਿਆ ਕਰਨੀ ਚਾਹੀਦੀ ਹੈ। ਭਾਰਤ ਦੇ ਵਿੱਚ ਇੱਦਾਂ ਦਾ ਸੰਵਿਧਾਨ ਵੀ ਹੈਗਾ ਵੀ ਜਿੱਥੇ ਬੋਲਣ ਦਾ ਅਧਿਕਾਰ ਸਭ ਨੂੰ ਮੌਲਿਕ ਅਧਿਕਾਰ ਵੱਲੋਂ ਦਿੱਤਾ ਗਿਆ। ਤੇ ਦੂਜੇ ਪਾਸੇ ਤੁਸੀਂ ਇੱਥੇ ਆ ਕੇ ਸੋਸ਼ਲ ਮੀਡੀਆ ਵਰਗੇ ਜਿਹੜੇ ਨੈਟਵਰਕਸ ਨੇ, ਪਲੇਟਫਾਰਮ ਨੇ, ਉਹਨਾਂ ਤੇ ਰੋਕ ਲਾਉਂਦੇ ਹੋ। ਤੇ ਹਰਿਆਣਾ ਦੇ ਵਿੱਚ ਵੀ ਤੁਸੀਂ ਦੇਖਿਆ ਜਿਵੇਂ ਰੋਸ ਪ੍ਰਦਰਸ਼ਨ ਜਿਹੜਾ ਕਰੇਗਾ ਜੀ, ਜਾਂ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਏਗਾ ਜੀ, ਉਹਦੇ ਤੇ ਤੁਸੀਂ ਉਹਦੇ ਤੋਂ ਵਿਰੋਧ ਵਸੂਲੀ ਜਾਊਗੀ ਸਾਰਾ ਕੁਛ। ਇੱਦਾਂ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਇਹਨਾਂ ਦੇ ਵਿਰੁੱਧ ਹੁੰਦਾ ਨਾ, ਉਸੇ ਨੂੰ ਰੋਕਣ ਦੇ ਲਈ ਜਿਹੜੀ ਹੈਗੀ ਹੈ ਇਹ ਕਵਾਇਦ ਸ਼ੁਰੂ ਹੋਈ ਸੀਗੀ। ਤਾਂ ਆਹ ਜਿਹੜੀ ਦਿੱਲੀ ਹਾਈ ਕੋਰਟ ਦਾ ਫੈਸਲਾ, ਇਹ ਸਰਕਾਰ ਦੇ ਐ ਕਹਿ ਲਓ ਕਿ ਸੱਚੀ ਮੁੱਚੀ ਜਿਹੜੀਆਂ ਕਾਨੂੰਨ ਦੀਆਂ ਨੀਤੀਆਂ ਹੁੰਦੀਆਂ ਨੇ, ਕਾਨੂੰਨ ਹੁੰਦੇ ਨੇ ਜਿਹੜੇ, ਉਹਨਾਂ ਦੀ ਪਾਲਣਾ ਹੋਈ ਹੈ ਇੱਕ ਤਰ੍ਹਾਂ ਨਾਲ। ਸਰਕਾਰ ਦੇ ਜਿਹੜੇ ਗਲਤ ਫੈਸਲੇ ਨੇ ਉਹਨਾਂ ਪ੍ਰਤੀ ਲੋਕਾਂ ਨੂੰ ਵੀ ਸੁਚੇਤ ਕੀਤਾ, ਔਰ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਹੈ ਤੇ ਅੱਗੇ ਨੂੰ ਜੇ ਇੱਦਾਂ ਦੇ ਕੋਈ ਫੈਸਲੇ ਲਏ ਜਾਂਦੇ ਨੇ ਤਾਂ ਕੋਰਟ ਤਾਂ ਹੈ ਕਿਤੇ ਨਾ ਕਿਤੇ। ਜਦੋਂ ਕਹਿੰਦੇ ਆ ਕਿ ਨਿਆਂ ਪਾਲਿਕਾ ਉੱਤੇ ਭਾਰਤ ਦੇ ਲੋਕਾਂ ਦਾ ਵਿਸ਼ਵਾਸ ਬਣਿਆ ਹੁੰਦਾ, ਤਾਂ ਉਹਨੂੰ ਅੱਜ ਸੱਚ ਕਰਕੇ ਦਿਖਾਇਆ ਇੱਦਾਂ ਦਾ ਫੈਸਲਾ ਦੇ ਕੇ ਕੋਰਟ ਨੇ। ਤੇ ਦੂਜੇ ਪਾਸੇ ਜੇ ਆਪਾਂ ਪ੍ਰਧਾਨ ਮੰਤਰੀ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੀ ਉਹ ਲੋਕ ਸਭਾ ਦੇ ਵਿੱਚ ਬੋਲ ਰਹੇ ਹੈ, ਗੱਲ ਨਿਆਂ ਦੀ ਕਰਦੇ ਆ, ਗੱਲ ਕਰਦੇ ਆ ਕਿ ਸਾਡੇ ਤੇ ਦੋਸ਼ ਲੱਗਦਾ ਕਿ ਫਲਾਣੇ ਬੰਦੇ ਨੂੰ ਅੰਦਰ ਦੇ ਦਿਓ ਜੀ, ਕਹਿੰਦੇ ਨਾ ਨੀ ਲਿਆ ਉਹਨਾਂ ਨੇ, ਕਹਿੰਦਾ ਸਾਡੇ ਤੇ ਇਹੀ ਦੋਸ਼ ਲੱਗਦੇ ਆ ਕਿ ਫਲਾਣੇ ਬੰਦੇ ਨੂੰ ਅੰਦਰ ਦੇ ਦਿਓ, ਕਹਿੰਦੇ ਅਸੀਂ ਨੀ ਦਿੰਦੇ, ਅਸੀਂ ਲੋਕਤੰਤਰ। ਲੋਕ ਸਭਾ ਦੇ ਅੰਦਰ ਖੜ ਕੇ ਤੁਸੀਂ ਆਹ ਲੋਕਤੰਤਰ ਦੀ ਗੱਲ ਕਰਦੇ ਹੋ, ਜੇ ਬਾਹਰ ਤੁਹਾਡੀ ਕਾਰਵਾਈ ਹੋਰ, ਬਾਹਰ ਤੁਹਾਡੇ ਖਿਲਾਫ਼ ਕੋਈ ਬਿਆਨ ਦੇ ਕੇ ਦਿਖਾਵੇ ਤੁਸੀਂ ਚੱਕ ਕੇ ਅੰਦਰ ਕਰ ਦਿੰਦੇ ਹੋ। ਉਹ ਕਹਿੰਦੇ ਜਿਹਨੂੰ ਜ਼ਮਾਨਤ ਮਿਲੀ ਆ ਉਹ ਐਸ਼ ਕਰੇ, ਨਿਆਂਪਾਲਿਕਾ ਨੇ ਦਿੱਤੀ ਆ, ਤੇ ਜੇ ਜ਼ਮਾਨਤ ਦਿੱਤੀ ਹੈ ਤਾਂ ਨਿਆਂਪਾਲਿਕਾ ਦੇ ਰਹੀ ਹੈ, ਤੁਹਾਨੂੰ ਤਾਂ ਕਿਤੇ ਇਤਰਾਜ਼ ਨਹੀਂ ਹੋਣਾ ਚਾਹੀਦਾ, ਤੇ ਤੁਸੀਂ ਤਾਂ ਉਹਨੂੰ ਫੇਰ ਅੱਗੇ ਜਾ ਕੇ ਉਹਦੇ ਪ੍ਰਤੀ ਬੰਦਿਸ਼ਾਂ ਲਾਉਂਦੇ ਹੋ, ਉਹਨੂੰ ਅੰਦਰ ਹੋਰ ਨਵੇਂ ਕੇਸ ਦੇ ਕੇ ਉਹਦੇ ਤੇ ਉਹਨੂੰ ਅੰਦਰ ਕਰਨ ਦੀ ਕੋਸ਼ਿਸ਼ ਕਰਦੇ ਹੋ। ਸੋ ਇਹ ਗੱਲਾਂ ਸਾਰੀਆਂ ਜਿਹੜੀ ਕਹਿਣੀ ਔਰ ਕਥਨੀ ਦੇ ਵਿੱਚ ਫਰਕਦੀਆਂ ਨੇ, ਇਹ ਸਾਰਾ ਕੁਛ ਸਾਹਮਣੇ ਆਉਂਦਾ, ਭਾਵੇਂ ਉਹ ਲੋਕ ਸਭਾ ਹੋਵੇ ਭਾਵੇਂ ਬਾਹਰ ਹੋਵੇ, ਜਦੋਂ ਤੱਕ ਸਰਕਾਰ ਦੀ ਕਹਿਣੀ ਔਰ ਕਥਨੀ ਇੱਕ ਨਹੀਂ ਹੁੰਦੀ, ਸੱਚੀ ਮੁੱਚੀ ਲੋਕਾਂ ਨੂੰ ਨਿਆਂ ਨਹੀਂ ਮਿਲਦਾ। ਸਰਕਾਰ ਨਿਆਂ ਦੇਣ ਵਾਸਤੇ ਲੋਕਾਂ ਦੀ ਸੁਰੱਖਿਆ ਵਾਸਤੇ ਹੁੰਦੀ ਹੈ, ਨਾ ਕਿ ਜਿਹੜੇ ਬੰਦੇ ਸਰਕਾਰ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਨ ਕਿ ਤੁਸੀਂ ਆਹ ਲੋਕ ਨੀਤੀਆਂ ਘੜਨ ਦੇ ਰਾਖੇ ਬਣ ਕੇ ਜਾਂ ਘੜਨ ਵਾਲੇ ਬਣ ਕੇ ਤੁਸੀਂ ਲੋਕਾਂ ਦਾ ਗਲਾ ਘੁੱਟ ਰਹੇ ਹੋ, ਲੋਕਾਂ ਦੇ ਵਿਰੁੱਧ ਨੀਤੀਆਂ ਬਣਾ ਰਹੇ ਹੋ, ਜੇ ਉਹੀ ਲੋਕਾਂ ਨੂੰ ਤੁਸੀਂ ਚੱਕ ਕੇ ਅੰਦਰ ਦੇਣਾ, ਉਹਨਾਂ ਤੇ ਪਰਚੇ ਦੇਣੇ ਨੇ, ਉਹਨਾਂ ਤੇ ਤਸ਼ੱਦਦ ਢਾਉਣਾ, ਫਿਰ ਸਰਕਾਰਾਂ ਦੀ ਲੋੜ ਨਹੀਂ, ਫਿਰ ਸਰਕਾਰਾਂ ਦੀ ਕੋਈ ਲੋੜ ਨਹੀਂ, ਸਰਕਾਰਾਂ ਆਪਣਾ ਘਰੇ ਬੈਠਣ ਆਰਾਮ ਨਾਲ, ਕੋਈ ਲੋੜ ਨਹੀਂ ਲੋਕਾਂ ਨੂੰ ਵੀ ਚੁਣਨ ਦੀ, ਇਹਨਾਂ ਇਹੋ ਜਿਹੇ ਬੰਦਿਆਂ ਨੂੰ, ਇਹੋ ਜਿਹੀਆਂ ਸਰਕਾਰਾਂ ਦੀ, ਫਿਰ ਕਿਹਦਾ ਲੋਕਤੰਤਰ ਰਹਿ ਜਾਂਦਾ? ਫਿਰ ਲੋਕਤੰਤਰ ਦੇ ਵਿੱਚ ਤਾਂ ਲੋਕਾਂ ਦਾ ਰਾਜ ਹੁੰਦਾ, ਤੇ ਜੇ ਤੁਸੀਂ ਉਸੇ ਨੂੰ ਦੱਬਣਾ ਹੈ ਆਪਣੀਆਂ ਕੁਰਸੀਆਂ ਤੇ ਬੈਠ ਕੇ, ਉਸੇ ਨੂੰ ਘੁੱਟਣਾ ਹੈ, ਉਸੇ ਨੂੰ ਉਹਦਾ ਗਲਾ ਘੋਟਣਾ, ਫਿਰ ਤੁਹਾਡੇ ਲੋਕ ਤੁਹਾਡੇ ਵਰਗੇ ਲੋਕਾਂ ਦੀ ਲੋੜ ਨਹੀਂ। ਸੋ ਲੋਕ ਹੁਣ ਸਮਝਣਗੇ ਸੁਖਿੰਦਰ ਜੀ, ਆਉਣ ਵਾਲਾ ਸਮਾਂ ਥੋੜਾ ਜਿਹਾ ਹੈਗਾ, ਜਾਗਰੂਕਤਾ ਵਾਲਾ ਆਏਗਾ। ਬਿਲਕੁਲ ਬਿਲਕੁਲ ਬਿਲਕੁਲ, ਸਰਕਾਰਾਂ ਦੇ ਪਿਛਲੇ ਜਿਹੜੇ ਫੈਸਲੇ ਨੇ ਉਹ ਸਾਰੇ ਲੋਕ ਦੇਖ ਹੀ ਰਹੇ ਨੇ ਕਿ ਜੇ ਕੋਈ ਟਵੀਟ ਕਰ ਦਿੰਦਾ ਤਾਂ ਕਿਤੇ ਨਾ ਕਿਤੇ ਉਹਨੂੰ ਦੇਸ਼ ਧਰੋਹੀ ਦਾ ਟੈਗ ਲਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਫਸਾਉਣ ਦੀ ਕੋਸ਼ਿਸ਼ ਹੁੰਦੀ ਹੈ, ਕੋਈ ਕਾਰਟੂਨ ਬਣਾ ਦਿੰਦਾ ਤਾਂ ਪਿੱਛੇ ਜੇ ਇੱਕ ਕਾਰਟੂਨਿਸਟ ਦੇ ਉੱਤੇ ਇੱਕ ਵੱਡੀ ਕਾਰਵਾਈ ਕੀਤੀ ਗਈ, ਇਸੇ ਤਰੀਕੇ ਦੇ ਨਾਲ ਮੂੰਹ ਬੰਦ ਕਰਾਉਣ ਦੀਆਂ ਕੋਸ਼ਿਸ਼ਾਂ ਨੇ। ਪਰ ਲੋਕ ਬਾਖੂਬੀ ਇਸ ਚੀਜ਼ ਨੂੰ ਸਮਝ ਰਹੇ ਨੇ ਕਿ ਅੰਦਰ ਕੁਝ ਹੋਰ ਕਹਿੰਦੇ ਨੇ, ਬਾਹਰ ਆ ਕੇ ਕੁਝ ਹੋਰ ਲੋਕਾਂ ਦੇ ਵਿੱਚ ਵਿਚਰਦੇ ਨੇ। ਜਿਹੜਾ ਖਲਾ ਆ ਉਹ ਤਾਂ ਪਰਮਿੰਦਰ ਜੀ ਬੀਜੇਪੀ ਦੇ ਵਿੱਚ, ਜਿਵੇਂ ਅਸੀਂ ਅੱਜ ਸਵੇਰੇ ਇੱਕ ਇੰਟਰਵਿਊ ਕੀਤੀ, ਉਹ 'ਚ ਵੀ ਕਿ ਡੈਮੇਜ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਨੇ, ਜੋ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ ਉਹਨੂੰ ਲੈ ਕੇ ਇੱਦਾਂ ਲਾ ਲਓ ਕਿ ਬੀਜੇਪੀ ਹਰੇਕ ਸੂਬੇ ਦੀ ਜੇ ਮੀਟਿੰਗ ਕਰਦੀ ਹੈ ਤਾਂ ਕਹਿੰਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਬੀਜੇਪੀ ਦੇ ਜਿਹੜੇ ਕੌਮੀ ਪ੍ਰਧਾਨ ਨੇ ਨੱਡਾ ਦੇ ਨਾਲ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਪੰਜਾਬ ਦੇ ਵਿੱਚ, ਉਹ ਭਾਜਪਾ ਦੇ ਜਿਹੜੇ ਪ੍ਰਧਾਨ ਨੇ ਜਾਂ ਹੋਰ ਬਾਕੀ ਨੇ, ਉਹ ਜਾ ਕੇ ਹੁਣ ਮੀਟਿੰਗ ਕਰਕੇ ਆਏ ਨੇ, ਭਾਵੇਂ ਕਿ ਉਹ ਇਸ ਮੀਟਿੰਗ ਨੂੰ ਕਹਿ ਰਹੇ ਨੇ ਕਿ ਇਹ ਜਨਰਲੀ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਸੂਬਿਆਂ ਦੇ ਨਾਲ, ਪਰ ਫਿਰ ਵੀ ਚਰਚਾ ਤਾਂ ਹੋਈ ਹੋਣੀ ਨਾ ਕਿ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ, ਕੀ ਕੁਝ ਪੰਜਾਬ ਦੇ ਵਿੱਚ ਹੋ ਰਿਹਾ, ਜਿਵੇਂ ਇਹਨਾਂ ਦੇ ਆਪਣੇ ਬਾਗੀ ਹੋ ਕੇ ਇਹਨਾਂ ਨੂੰ ਸਮਝਾ ਰਹੇ ਨੇ ਕਿ ਕਿਸਾਨਾਂ ਦੇ ਨਾਲ ਮੱਥਾ ਨਾ ਲਾਓ। ਬਿਲਕੁਲ, ਜਿਹੜਾ ਰੂਟੀਨ ਦੀ ਮੀਟਿੰਗ ਤਾਂ ਇੱਕ ਆਪਾਂ ਕਹਿ ਲਓ ਨਾ ਦਿਆ ਜਾਂਦਾ ਰੂਟੀਨ ਦੀ ਮੀਟਿੰਗ ਨੂੰ, ਹੁਣ ਐਡਾ ਕਿੱਡਾ ਕੁ ਕਲਾ ਸੀ ਜਿਹੜਾ ਜਿਹੜਾ ਤੁਸੀਂ ਰੂਟੀਨ ਦੀ ਮੀਟਿੰਗ ਦਾ ਉਹ ਕਰਨਾ ਤੁਹਾਨੂੰ, ਅੱਜ ਪੰਜਾਬ ਦੀ ਗੱਲ ਆ ਗਈ, ਪੰਜਾਬ ਦੀ ਵਾਰੀ, ਗੱਲ ਤਾਂ ਅੰਦੋਲਨ ਕਰਕੇ ਜਿਹੜੀ ਪੰਜਾਬ ਦੇ ਵਿੱਚ ਸਥਿਤੀ ਬਣੀ ਹੋਈ ਹੈ ਉਸੇ ਤਹਿਤ ਮੀਟਿੰਗ ਕਰਨੀ ਸੀ, ਉਹ ਲਕੋ ਰੱਖਦੇ ਨੇ ਕਿ ਸਾਡੀ ਮੀਟਿੰਗ ਦਾ ਏਜੰਡਾ ਨਾ ਪਤਾ ਲੱਗੇ ਜੀ, ਅਸੀਂ ਇਹ ਨਾ ਪਤਾ ਲੱਗ ਜਾਏ ਲੋਕਾਂ ਨੂੰ ਕਿ ਬੀਜੇਪੀ ਕਵਰ ਆ ਗਈ ਹੈ ਜਾਂ ਬੀਜੇਪੀ ਹੁਣ ਡਰਨ ਲੱਗ ਗਈ ਹੈ, ਪਿੱਛੇ ਹਟ ਗਈ ਹੈ ਜਾਂ ਬੀਜੇਪੀ ਨੂੰ ਕੁਝ ਫਰਕ ਪੈਣ ਲੱਗ ਗਿਆ, ਇਹ ਉਹ ਨੀ ਸ਼ੋਅ ਹੋਣ ਦੇਣਾ ਚਾਹੁੰਦੇ ਲੋਕਾਂ ਦੇ ਵਿੱਚ, ਇਹ ਗੱਲ ਆਉਣ ਨਹੀਂ ਦੇਣਾ ਚਾਹੁੰਦੇ। ਸੋ ਉਸੇ ਤਹਿਤ ਇਹ ਕਹਿੰਦੇ ਕਿ ਰੂਟੀਨ ਦੀ ਮੀਟਿੰਗ ਹੈ ਜੀ ਸਾਡੀ, ਤਾਂ ਉਹਦੇ ਤਹਿਤ ਗੱਲਾਂ ਬਾਤਾਂ ਕਰਨੀਆਂ ਸੀਗੀਆਂ, ਐਡਾ
ਕੀ ਸੀਗਾ ਜਿਹੜਾ ਰੂਟੀਨ ਦੀ ਮੀਟਿੰਗ ਲਈ ਜ਼ਰੂਰੀ ਹੋ ਜਾਂਦਾ ਤੁਹਾਡੇ ਲਈ? ਪੰਜਾਬ ਦੇ ਵਿੱਚ ਸਰਕਾਰ ਨਹੀਂ, ਵਾਸਤਾ ਨਹੀਂ, ਪੰਜਾਬ ਦੇ ਵਿੱਚ ਕੋਈ ਹੋਰ ਗੱਲਬਾਤ ਨਹੀਂ, ਪੰਜਾਬ ਦਾ ਕੋਈ ਮੁੱਦਾ ਨਹੀਂ ਹੱਲ ਕਰਨ ਵਾਲਾ ਇਹਨਾਂ ਨੇ, ਪੰਜਾਬ ਦੀ ਇਕਾਈ ਦੀ ਸੁਣਦਾ ਕੋਈ ਨਹੀਂ ਹਾਈਕਮਾਂਡ ਦੇ ਵਿੱਚ? ਗੱਲ ਤਾਂ ਇਹ ਸੀ ਕਿ ਜਿੱਦਾਂ ਹੁਣ ਇਹਨਾਂ ਦੇ ਆਪਣੇ ਬੰਦੇ ਵਿਰੁੱਧ ਹੋਣ ਲੱਗੇ ਆ, ਆਪਣਿਆਂ ਦੇ ਉੱਤੇ ਹੀ ਤੀਰ ਕੱਸਣੇ ਸ਼ੁਰੂ ਕਰ ਦਿੱਤੇ ਆ, ਅਜਿਆਣੀ ਵਾਲਾ ਮਾਮਲਾ ਨਵਾਂ ਉੱਠ ਗਿਆ, ਜੋਸ਼ੀ ਅਲੱਗ ਬੋਲ ਗਿਆ, ਮਾਸਟਰ ਮੋਹਲਾ ਅਲੱਗ ਬੋਲ ਗਏ, ਮਦਨ ਮੋਹਨ ਮਿੱਤਲ ਅਲੱਗ ਬੋਲ ਗਏ, ਆਪਣੇ ਅੰਦਰੂਨੀ ਜਿਹੜਾ ਹੈਗਾ ਇਹਦਾ ਖੇਮਾ ਉਹ ਲੱਗ ਗਿਆ ਸਵਾਲ ਖੜੇ ਕਰਨ, ਤੇ ਉਹਦੇ ਤਹਿਤ ਹੀ ਮੰਥਨ ਹੋਣਾ ਜ਼ਰੂਰੀ ਸੀਗਾ। ਇਹਨਾਂ ਨੇ ਬਾਕੀ ਜਿਹੜੇ ਲੀਡਰ ਨੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਜੇ ਸਾਡੇ ਹੀ ਸਾਡੇ ਵਿਰੁੱਧ ਬੋਲਣ ਲੱਗ ਗਏ ਅਸੀਂ ਤਾਂ ਬਿਲਕੁਲ ਹੀ ਨਹੀਂ ਰਹਿਣ ਦੇਣਾ। ਪਹਿਲਾਂ ਹੀ ਲੋਕ ਚਾਹੁੰਦੇ ਨੇ ਕਿ ਇਹ ਘਰਾਂ 'ਚ ਨਾ ਵੜਨਾ, ਪਿੰਡਾਂ 'ਚ ਨਾ ਵੜਨ ਜਾਂ ਮੁਹੱਲਿਆਂ 'ਚ ਨਾ ਜਾਣ, ਤੇ ਸਾਨੂੰ ਤਾਂ ਕਿਸੇ ਨੇ ਵੜਨ, ਹੋਰ ਵੀ ਨਹੀਂ ਦੇਣਾ, ਇਹ ਵੀ ਸਾਡੇ ਵਿਰੁੱਧ ਬੋਲ। ਉਹਦੇ ਤਹਿਤ ਹੀ ਜਿਹੜੀ ਇਹ ਗੱਲਬਾਤ ਅੱਜ ਜਿਹੜੀ ਮੀਟਿੰਗ ਜਿਹੜੀ ਇਹਨਾਂ ਨੇ ਕੀਤੀ ਆ ਉਹ ਹੋਈ ਸੀਗੀ। ਤੇ ਜਿਹੜੀ ਜਿਆਣੀ ਦਾ ਜ਼ਿਕਰ ਕੀਤਾ, ਫਾਜ਼ਿਲਕਾ ਦੇ ਵਿੱਚ ਕਿਸਾਨਾਂ ਨੇ ਉਹਨਾਂ ਨੂੰ ਭਜਾ ਤਾ ਉੱਥੋਂ, ਪੁਲਿਸ ਆਪਣਾ ਗੱਡੀ 'ਚ ਬਿਠਾ ਕੇ ਆਪਣੀ ਫਟਾਫਟ ਉੱਥੋਂ ਕੱਢ ਕੇ ਲੈ ਕੇ ਗਈ ਹੈ। ਉਹ ਜ਼ਮੀਨ ਦਾ ਰੌਲਾ ਜਿਹੜਾ ਹੈਗਾ ਸੀਗਾ ਉਹ ਕਾਫੀ ਵੱਧ ਗਿਆ। ਹੁਣ ਜਿਆਣੀ ਪਹਿਲਾਂ ਕਿਸਾਨਾਂ ਦੇ ਹੱਕ 'ਚ ਸੀਗੇ, ਹੁਣ ਉਹ ਕੇਂਦਰ ਦੀ ਬੋਲੀ ਬੋਲਦੇ ਆ। ਤੇ ਆਹੀ ਜਿਹੜਾ ਵੱਡੇ ਲੀਡਰਾਂ ਦਾ ਵਿਰੋਧ ਹੋਣਾ, ਪੈਰ ਲੱਗਣ ਨਹੀਂ ਦੇਣੇ। ਹੁਣ ਇੱਕ ਅੱਜ ਇੱਕ ਖਬਰ ਮੈਂ ਦੇਖ ਰਿਹਾ ਸੀ ਟੀਵੀ ਦੇ ਉੱਤੇ, ਕੁਛ ਕੁ ਬੰਦਿਆਂ ਨੂੰ ਜੁਆਇਨ ਕਰਾ ਲਿਆ ਜੀ ਭਾਜਪਾ ਦੇ ਵਿੱਚ। ਉਹ ਪੰਜਾਬ ਦੇ ਬੰਦੇ ਨੇ, ਕੋਈ ਐਡਵੋਕੇਟ ਹੈ, ਕੋਈ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਸੰਬੰਧਿਤ ਹੈ, ਦੋ ਤਿੰਨ ਬੰਦੇ ਹੋਰ ਨੇ। ਉਹ ਕਹਿੰਦੇ ਉਹਨਾਂ ਨਾਲ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿੱਦਾਂ ਹੋਰ ਦਲਾਂ ਦੇ ਵਿੱਚ ਚੱਲ ਰਿਹਾ, ਇੱਕ ਦੂਜੇ ਦੇ ਦਲ ਛੱਡ ਕੇ ਦੂਜੀ ਪਾਰਟੀਆਂ ਜੁਆਇਨ ਕਰ ਰਹੇ ਨੇ, ਤਾਂ ਭਾਜਪਾ ਦੇ ਵਿੱਚ ਵੀ ਭਾਜਪਾ ਨੂੰ ਵੀ ਵੱਡਾ ਹੁਲਾਰਾ ਮਿਲ ਰਿਹਾ। ਅਸ਼ਵਨੀ ਸ਼ਰਮਾ ਵੀ ਉੱਥੇ ਮੌਜੂਦ ਸੀਗੇ, ਉਹਨਾਂ ਦਾ ਬਿਆਨ ਸੀ ਕਿ ਵੱਡਾ ਹੁਲਾਰਾ ਮਿਲ ਰਿਹਾ ਭਾਜਪਾ ਨੂੰ ਪੰਜਾਬ ਦੇ ਵਿੱਚ। ਸੋ ਉਸ ਸਥਿਤੀ ਨੂੰ ਕੰਟਰੋਲ ਕਰਨ ਦੇ ਲਈ, ਜਿਹੜਾ ਤੁਸੀਂ ਕਹਿੰਦੇ ਹੋ ਡੈਮੇਜ ਕੰਟਰੋਲ ਕਰਨ ਦੇ ਲਈ, ਇੱਦਾਂ ਦੀਆਂ ਮੀਟਿੰਗਾਂ ਮੰਥਨ ਜਿਹੜੇ ਹੈਗੇ ਆ ਉਹ ਜਾਰੀ ਰਹਿੰਦੇ ਨੇ ਇਹਨਾਂ ਦੇ। ਪਰ ਪੰਜਾਬ ਦੇ ਲੋਕ ਜਿਹੜੇ ਹੈਗੇ ਕਿਸਾਨ ਨੇ ਜਿਹੜੇ ਉਹ ਹੁਣ ਕਹਿ ਸਕਦੇ ਕਿ ਪਰੇਸ਼ਾਨ ਹੋ ਚੁੱਕੇ ਨੇ, ਹਤਾਸ਼ ਹੋ ਚੁੱਕੇ ਨੇ ਇਹਨਾਂ ਤੋਂ, ਇਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣ ਵਾਲੇ। ਹੁਣ ਇਹਨਾਂ ਦਾ ਵਿਰੋਧ ਜਿਹੜਾ ਹੋਣਾ ਸੀ ਹੋ ਰਿਹਾ ਸ਼ੁਰੂ, ਤੇ ਇਹ 2022 ਤੱਕ ਤਾਂ ਜਾਏਗਾ ਹੀ ਜਾਏਗਾ। ਜੇ ਲੰਮਾ ਸੰਘਰਸ਼ ਚੱਲਦਾ ਅੰਦੋਲਨ ਤਾਂ 2024 ਤੱਕ ਵੀ ਜਾਏਗਾ ਜੀ। ਬਿਲਕੁਲ ਬਿਲਕੁਲ, ਜਿਸ ਤਰੀਕੇ ਨਾਲ ਕਿਸਾਨ ਕਹਿ ਰਹੇ ਨੇ, ਪਰ ਸਵਾਲ ਇਹ ਉੱਠਦਾ ਕਿ ਅਸ਼ਵਨੀ ਸ਼ਰਮਾ ਹੋ ਗਏ ਜਾਂ ਜਿੰਨੇ ਵੀ ਭਾਜਪਾ ਦੇ ਲੀਡਰ ਨੇ, ਇਹ ਦਿੱਲੀ ਜਾ ਕੇ ਉੱਥੇ ਹਿੱਕ ਠੋਕ ਕੇ ਗੱਲ ਕਿਉਂ ਨਹੀਂ ਕਰਦੇ ਪੰਜਾਬ ਦੀ ਕਿ ਅਸੀਂ ਪੰਜਾਬ ਦੇ ਲਈ ਇਹ ਕੁਝ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਦਾ ਮਸਲਾ ਹੱਲ ਕਰੋ, ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦੀਆਂ ਤੁਸੀਂ ਪਰੇਸ਼ਾਨੀਆਂ ਜਿਹੜੀਆਂ ਉਹਨਾਂ ਨੂੰ ਸਮਝੋ, ਕਿਉਂਕਿ ਪੰਜਾਬ ਦੇ ਵਿੱਚ ਅਸੀਂ ਸਿਆਸਤ ਕਰਨੀ ਹੈ। ਹਰ ਵਾਰੀ ਅਸੀਂ ਇਸ ਗੱਲ ਦਾ ਜ਼ਿਕਰ ਕਰਦੇ ਹਾਂ ਕਿ ਤੁਸੀਂ ਕਦੀ ਆ ਕੇ ਬਾਹਰ ਆ ਕੇ ਆਪਣਾ ਮੂੰਹ ਮੀਡੀਆ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਲੀਅਰ ਖੋਲ ਕੇ ਦੱਸੋ ਕਿ ਅਸੀਂ ਪੰਜਾਬ ਦੀਆਂ ਉੱਥੇ ਕਿਹੜੀਆਂ ਮੰਗਾਂ ਚੁੱਕੇ ਹਾਂ, ਕੀ ਤੁਸੀਂ ਉੱਥੇ ਆਪਣੀਆਂ ਕੁਰਸੀਆਂ ਦਾ ਰੌਲਾ ਰੱਪਾ ਪਾ ਕੇ ਆਏ ਜਾਂ ਆਪਣੀ ਸਿਆਸਤ ਨੂੰ ਬਚਾਉਣ ਲਈ ਗੱਲ ਕਰਕੇ ਆਏ ਕਿ ਉੱਥੇ ਕਹਿ ਕੇ ਆਏ ਕਿ ਅਸੀਂ ਬਈ ਪੰਜਾਬ ਦੇ ਵਿੱਚ ਜ਼ਮੀਨੀ ਹਕੀਕਤ ਆ ਇਹ, ਸਾਨੂੰ ਸਮਝਣ ਦੀ ਜ਼ਰੂਰਤ ਹੈ। ਪਰ ਇਹੋ ਜਿਹਾ ਸ਼ਾਇਦ ਕੁਝ ਨਹੀਂ ਹੁੰਦਾ, ਲੀਡਰ ਸਿਰਫ ਆਪਣੀਆਂ ਕੁਰਸੀਆਂ ਬਚਾਉਣ ਚ ਲੱਗੇ ਰਹਿੰਦੇ ਨੇ। ਪਰਮਿੰਦਰ ਜੀ, ਉੱਧਰ ਕਾਂਗਰਸ ਦੇ ਵਿੱਚ ਕਹਿੰਦੇ ਹੁਣ ਜਿਹੜਾ ਕਰਜ਼ਾ ਮਾਫ਼ ਕਿਸਾਨਾਂ ਦਾ ਕਰਨਾ ਸੀ ਉਹਦੇ ਤੇ ਬ੍ਰੇਕਾਂ ਲੱਗੀਆਂ ਹੋਈਆਂ ਨੇ, ਕਿਸਾਨ ਕਹਿੰਦੇ ਨੇ ਕਿ ਕਰਜ਼ਾ ਮਾਫ਼ ਕਰੋ, ਜੇ ਕਰਜ਼ਾ ਨਾ ਮਾਫ਼ ਨਾ ਕੀਤਾ ਤੇ 2022 ਦੇ ਵਿੱਚ ਅਸੀਂ ਤੁਹਾਨੂੰ ਸ਼ੀਸ਼ਾ ਦਿਖਾ ਦਿਆਂਗੇ ਕਿ ਤੁਸੀਂ ਕਿੱਥੇ ਸਟੈਂਡ ਕਰਦੇ ਹੋ। ਤੇ ਇਧਰਲੇ ਪਾਸੇ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲ ਤਾਂ ਕੁਝ ਨਹੀਂ, ਉਹ ਫੇਰ ਕੇਂਦਰ ਦੇ ਉੱਤੇ ਸੁੱਟ ਦਿੱਤਾ। ਪਹਿਲੀ ਗੱਲ ਤਾਂ ਇਹ ਹੈ ਕਿ ਵਾਅਦਾ ਹੀ ਇਹੋ ਜਿਹਾ ਨਾ ਕਰਦੇ ਜਦੋਂ ਤੁਹਾਡੇ ਖਜ਼ਾਨੇ 'ਚ ਕੁਛ ਨਹੀਂ, ਜੇ ਵਾਅਦਾ ਕੀਤਾ ਆ ਤੇ ਫਿਰ ਹੁਣ ਕੇਂਦਰ ਤੋਂ ਕਿਸੇ ਢੰਗ ਦੇ ਨਾਲ ਕਢਾ ਕੇ ਲੈ ਕੇ ਆਓ ਉੱਥੋਂ ਫਿਰ। ਦੇਖੋ, ਕੇਂਦਰ ਤੋਂ ਜਿਹੜਾ RDF ਫੰਡ ਆਉਂਦਾ ਸੀ ਮੰਡੀ ਬੋਰਡ, ਉਹਦੇ ਤਹਿਤ ਹੀ ਇਹ ਕਾਰਵਾਈ ਕਰਦਾ ਸੀ ਕਿ ਕੁਝ ਕਿਸਾਨਾਂ ਦੇ ਜਿਹੜੇ ਕਰਜ਼ੇ ਵਗੈਰਾ ਹੁੰਦੇ ਨੇ ਮਾਫ਼ ਕਰ ਦੇਵੇ। ਉਹ RDF ਤੇ ਤੁਰੰਤ ਰੋਕ ਲਾ ਦਿੱਤੀ ਆ। ਉਹ ਕਹਿੰਦੇ ਹੁਣ ਸਾਡਾ ਵਿੱਤੋਂ ਬਾਹਰ ਹੋ ਗਿਆ। ਪੰਜਾਬ ਸਰਕਾਰ ਕਹਿੰਦੀ ਕਿ ਮੰਡੀ ਬੋਰਡ ਤੇ ਜਵਾਬ ਦੇਤਾ ਕਿ ਵਿੱਤੋਂ ਬਾਹਰ ਹੋ ਗਿਆ, ਕਰਜ਼ਾ ਮਾਫ਼ ਨਹੀਂ ਕਰਿਆ ਜਾ ਸਕਦਾ, ਇਸ ਕਰਕੇ ਬ੍ਰੇਕ ਲੱਗ ਗਈ ਹੈ। ਉੱਦਾਂ ਦਾਅਵਾ ਤਾਂ ਇਹੀ ਠੋਕਿਆ ਜਾ ਰਿਹਾ ਕਿ 5,64,000 ਕਿਸਾਨਾਂ ਦਾ ਜਿਹੜਾ ਕਰਜ਼ਾ ਮਾਫ਼ ਕਰਦਾ, 46,000 ਕਰੋੜ ਤੋਂ ਵੱਧ ਕਰਜ਼ਾ ਮਾਫ਼ ਹੋ ਗਿਆ, 1,13,000 ਜਿਹੜੇ ਕਿਸਾਨ ਕਹਿੰਦੇ ਉਹ ਬਚੇ ਆ, ਉਹਨਾਂ ਦਾ ਕਰਜ਼ਾ ਮਾਫ਼ ਹੋਣਾ ਬਕਾਇਆ ਹੈਗਾ। ਸੋ ਏਡੀ ਵੱਡੀ ਆਪਾਂ ਕਹਿ ਲਓ ਕਿ ਪ੍ਰਾਪਤੀ ਹੋ ਗਈ ਹੈ, ਤੇ ਪੰਜਾਬ ਨੂੰ, ਸੂਬੇ ਨੂੰ ਪਤਾ ਹੀ ਨਹੀਂ ਲੱਗਿਆ ਕਿਹੜੇ ਕਿਸਾਨ ਜਿਹੜੇ ਹੈਗੇ ਨੇ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਕਿ ਕਿਹਨਾਂ ਕਿਹਨਾਂ ਦਾ ਕਰਜ਼ਾ ਮਾਫ਼ ਹੋ ਗਿਆ, ਕਿਹੜੇ ਏਦਾਂ ਦੇ ਕਿਸਾਨ ਨੇ। ਕਹਿਣ ਦਾ ਭਾਵ ਇਹ ਹੈ ਕਿ ਜੇ 5,00,000 ਥੋੜਾ ਨਹੀਂ ਹੁੰਦਾ ਕਿਸਾਨ ਦਾ ਕਰਜ਼ਾ ਮਾਫ਼ ਹੋਣਾ, ਕਿ 5,00,000 ਕਿਸਾਨ ਦਾ ਕਰਜ਼ਾ ਮਾਫ਼ ਹੋ ਗਿਆ, ਤੇ ਇਹ ਹਾਲ ਤੱਕ ਗੱਲ ਕਿੱਥੇ ਹੈ ਕਿ ਕਿਹੜੇ ਇਹੋ ਜਿਹੇ ਕਿਸਾਨ ਨੇ ਜਿਹਨਾਂ ਦਾ ਹੋਇਆ, ਜੇ ਹੋਇਆ ਹੋਊਗਾ ਕਿਤੇ ਨਾ ਤਾਂ ਮੀਡੀਆ ਦੇ ਵਿੱਚ ਆਇਆ, ਨਾ ਮੇਰੇ ਖਿਆਲ ਨਾਲ ਅਸੀਂ ਮੈਂ ਤਾਂ ਕਿਤੇ ਪੜ੍ਹਿਆ ਨਹੀਂ ਕਿ ਆਹ ਕਿਸਾਨ ਅੱਗੇ ਆ ਕੇ ਸਾਹਮਣੇ ਆ ਕੇ ਕਾਂਗਰਸ ਦਾ ਜਿਹੜਾ ਪੱਖ ਪੂਰ ਰਹੇ ਹੈ, ਏਡੇ ਵੱਡੇ ਲੈਵਲ ਦੇ ਉੱਤੇ ਕਰਜ਼ੇ ਮਾਫ਼ ਹੋ ਗਏ। ਬਾਕੀ ਦੀ ਜਿਹੜੀ ਗੱਲ ਤੁਸੀਂ ਗੱਲ ਕਰਦੇ ਹੋ ਕਿ ਕੇਂਦਰ ਦੇ ਜਾ ਕੇ ਉੱਥੇ ਕੇਂਦਰ ਕੋਲ ਜਾਣ ਦਾ
ਮਕਸਦ ਤਾਂ ਪੂਰਾ ਹੁੰਦਾ ਸੁਖਵਿੰਦਰ ਜੀ। ਵੈਸੇ ਇੱਥੇ ਪੰਜਾਬ ਸਰਕਾਰ ਦਾ ਚਲੋ ਰੋਲ ਤਾਂ ਹੁੰਦਾ ਹੀ ਹੈ, ਜਿਵੇਂ ਹੁਣ ਕੈਪਟਨ ਅਮਰਿੰਦਰ ਸਿੰਘ ਤਾਂ ਦੋਸਤੀ ਮਿੱਤਰਤਾ ਨਿਭਾਉਂਦਾ ਹੀ ਹੈ, ਹੱਥ ਮਿਲਾਉਂਦੇ ਆ ਜਾ ਕੇ, ਪ੍ਰਧਾਨ ਮੰਤਰੀ ਨਾਲ ਮਿਲਾਉਣਾ ਪੈਂਦਾ ਸੂਬਾ ਆ, ਕੁਛ ਰਾਇਤਾਂ ਮਿਲਦੀਆਂ ਨੇ, ਪਰ ਜਿਹੜਾ ਜਿੱਥੇ ਕਿਤੇ ਬੋਲਣਾ ਚਾਹੀਦਾ ਸੀ ਉੱਥੇ ਕਿਤੇ ਬੋਲੇ ਹੀ ਨਹੀਂ ਇਸ ਵਾਰ ਸਰਕਾਰ ਨੇ, ਆਪਣਾ ਹੱਥ ਅੱਗੇ ਵਧਾਇਆ ਹੀ ਨਹੀਂ ਹੈਗਾ। ਗੱਲ ਤਾਂ ਉਹੀ ਹੈ ਨਾ, ਪਾਣੀਆਂ ਦੇ ਮੁੱਦੇ ਤੋਂ ਲੈ ਕੇ ਕਿੰਨੇ ਹੀ ਮੁੱਦੇ ਸੀਗੇ, ਕਦੇ ਪਾਣੀਆਂ ਦਾ ਰਾਖਾ, ਕੈਪਟਨ ਅਮਰਿੰਦਰ ਸਿੰਘ ਦਾ ਨਾਂ ਆਇਆ ਸੀਗਾ, ਅੱਜ ਪਾਣੀਆਂ ਦੀ ਗੱਲ ਨਹੀਂ, ਉਹ ਪਾਣੀਆਂ ਦਾ ਪੈਸਾ ਜਿਹੜਾ ਦਿੱਤਾ ਗਿਆ, ਜਿਹਦੀ ਮੰਗ ਵੱਖ ਵੱਖ ਲੀਡਰ ਕਰਦੇ ਰਹੇ ਆ, ਤੇ ਉਹੀ ਮਿਲ ਜੇ ਪੰਜਾਬ ਨੂੰ, ਉਹਦੀ ਪੈਰਵਾਈ ਕੀਤੀ ਕਿਤੇ ਕਿਸੇ ਨੇ ਕੀਤੀ, ਕੋਈ ਕੋਈ ਲੀਡਰ ਆਇਆ, ਕਿਸੇ ਰਾਜਨੀਤਿਕ ਦਲ ਨੇ ਕੋਈ ਮੁੱਦਾ ਚੁੱਕਿਆ, ਹੁਣ ਚੁੱਕ ਲੈਣਗੇ ਜਦੋਂ ਚੋਣਾਂ ਆ ਗਈਆਂ, ਜਦੋਂ ਕਰਨਾ ਹੁੰਦਾ ਉਦੋਂ ਸ਼ਾਂਤ ਸਾਰੇ ਬੈਠੇ ਸੀਗੇ, ਕਿਸੇ ਨੇ ਕੋਈ ਪਰਵਾਹ ਨਹੀਂ, ਉਹ ਪੈਸਾ ਹੀ ਮਿਲਣਾ ਸ਼ੁਰੂ ਹੋ ਜਾਵੇ, ਜਿਹੜੀ ਆ ਜਿਹੜਾ ਸਾਡਾ ਹੱਕ ਹੈ ਉਹ ਤਾਂ ਲੈ ਲਵੇ, ਬਾਕੀ ਜਿਹੜੀ ਕੇਂਦਰ ਰੋਕਾਂ ਲਾਉਂਦੀ ਆ ਲਾਈ ਜਾਵੇ, ਜਿਹੜੇ ਸਾਡੇ ਹੱਕ ਨੇ ਘੱਟੋ ਘੱਟ ਉਹਨਾਂ ਲਈ ਤਾਂ ਪੈਰ ਵੀ ਕਰ ਲੈਣ ਸਾਰੇ ਇਕਜੁੱਟ ਹੋ ਕੇ ਕਾਂਗਰਸ ਦੇ ਨਾਲ, ਕਾਂਗਰਸ ਆਪ ਮੋਹਰੀ ਹੋ ਸਕਦੀ ਹੈ, ਪਰ ਉਹ ਮੁੱਦੇ ਚੱਕੂ ਕੌਣ, ਸਰਕਾਰ ਕਾਂਗਰਸ ਦੀ, ਕਾਂਗਰਸ ਨੂੰ ਕੀ ਲੈਣਾ, ਉਹ ਕਹਿੰਦੇ ਮੈਨੂੰ ਮੈਂ ਰਾਜ ਕਰਨੇ ਆ, ਅਗਲੇ ਵਾਰ ਆਉਣਾ ਨਹੀਂ ਆਉਣਾ ਪਤਾ ਨਹੀਂ, ਤੇ ਮੁੱਦੇ ਤਾਂ ਫਿਰ ਪੰਜਾਬ ਦੇ ਖਤਮ ਹੀ ਹੋ ਜਾਣਗੇ ਜੇ ਏਦਾਂ ਦੇ ਕਦਮ ਚੱਕ ਲਏ ਇਹਨਾਂ ਨੇ, ਬਾਕੀ ਰਾਜਨੀਤਿਕ ਦਲਾਂ ਨੇ ਸਾਰਿਆਂ ਨੇ ਰਲ ਕੇ, ਕਾਂਗਰਸ ਨੇ ਰਲ ਕੇ ਬਾਕੀਆਂ ਨਾਲ ਜੋ ਸੁਲਹਾ ਸਫਾਈ ਕਰਕੇ ਕਿ ਆਓ ਭਾਈ ਪੰਜਾਬ ਲਈ ਲੜੀਏ, ਇਹ ਪੰਜਾਬ ਲਈ ਨਹੀਂ ਲੜਦੇ, ਕੋਈ ਪਾਰਟੀ ਆ ਪੰਜਾਬ ਦੀ ਸੱਤਾ ਦੇ ਵਿੱਚ ਹੈ ਚਾਹੇ ਨਹੀਂ ਹੈਗੀ ਹੁਣ ਇਸ ਟਾਈਮ, ਕੋਈ ਪਾਰਟੀ ਆ ਪੰਜਾਬ ਦੇ ਲਈ ਨਹੀਂ ਲੜਦਾ, ਕੋਈ ਪੰਜਾਬ ਦੇ ਤਾਂ ਉਵੇਂ ਦੇ ਉਵੇਂ ਹੀ ਪਏ ਨੇ, 50 ਸਾਲਾਂ ਤੋਂ ਚੱਲੇ ਆ ਰਹੇ ਨੇ, ਉਹ ਅੱਗੇ ਵੀ ਚੋਣ ਮੈਨੀਫੈਸਟੋ ਦਾ ਹਿੱਸਾ ਬਣੀ ਜਾਣਗੇ, ਗੱਲ ਕੇਂਦਰ ਦੇ ਕੋਲ ਜਾਣ ਦੀ ਨਹੀਂ, ਦਬਾਅ ਪਾਉਣ ਦੀ ਹੈ ਕੇਂਦਰ ਕੋਲ, ਜਿਹੜੇ ਸੂਬੇ ਨੇ ਹੱਕ ਲੈਣਾ ਲੈ ਹੀ ਲੈਂਦਾ ਅੱਗੇ। ਮਮਤਾ ਬੈਨਰਜੀ ਦੀ ਤੁਸੀਂ ਦੇਖ ਹੀ ਸਕਦੇ ਹੋ, ਮਮਤਾ ਬੈਨਰਜੀ ਬਕਾਇਦਾ ਤੌਰ ਤੇ ਸਾਰਾ ਕੁਛ ਐਂ ਕਹਿ ਲਓ ਉਹਨਾਂ ਦੀਆਂ ਨੀਤੀਆਂ ਜਿਹੜੀਆਂ ਸਾਰੀਆਂ ਉਹਨਾਂ ਦੀ ਮਲੀਆਮੇਟ ਕਰ ਦਿੰਦੀ ਹੈ, ਕਿੱਦਾਂ ਦੇ ਉਹਨੇ ਫੰਡ ਕਿਵੇਂ ਲੈਣੇ ਨੇ ਕੀ ਸਭ ਕੁਛ ਕਰ ਲੈਂਦੀ ਹੈ। ਸਾਡੇ ਇੱਥੇ ਹੱਕ ਨਹੀਂ ਲਏ ਜਾਂਦੇ, ਸਾਡੇ ਤਾਂ ਗੱਲ ਹੀ ਨਹੀਂ ਕੀਤੀ ਜਾਂਦੀ, ਸਾਡੇ ਪੰਜਾਬੀ ਬੋਲਦੇ ਇਲਾਕਿਆਂ ਦੀ ਨਹੀਂ ਕੀਤੀ ਜਾਂਦੀ, 84 ਦੀ ਨਹੀਂ ਗੱਲ ਕੀਤੀ ਜਾਂਦੀ, RDF ਬੰਦ ਕਰ ਦਿਓ ਜੀ, ਖਰੀਦ ਬੰਦ ਕਰ ਦਿਓ ਜੀ, ਜੋ ਸਰਕਾਰ ਕੇਂਦਰ ਦੀ ਚਾਹੁੰਦੀ ਹੈ ਕਰ ਦਿੰਦੀ ਹੈ, ਕਿਉਂ ਬੈਠ ਪਤਾ ਹੈ ਕਿ ਇਹਨਾਂ 'ਚ ਜਾਨ ਨਹੀਂ, ਇਹ ਤਾਂ ਆਪਣੀ ਕੁਰਸੀਆਂ ਪਿੱਛੇ ਲੜਦੇ ਨੇ, ਕਾਂਗਰਸ ਦਾ ਕਮਸਾਨ ਤੁਸੀਂ ਦੇਖਿਆ ਹੀ ਹੈ, ਇਹ ਆਪਣੀ ਕੁਰਸੀਆਂ ਵਾਸਤੇ ਦਿੱਲੀ ਤੱਕ ਗੇੜੇ ਲੱਗ ਰਹੇ ਨੇ, ਚਾਹੇ ਦਿਨ 'ਚ ਦੋ ਦੋ ਲਾ ਲਓ, ਕੋਈ ਦਿੱਕਤ ਨਹੀਂ, ਜੇ ਪੰਜਾਬ ਲਈ ਲੜਨ ਦਾ ਜਾਣਾ ਹੋਵੇ ਘਰਾਂ 'ਚੋਂ ਨਹੀਂ ਨਿਕਲਦੇ, ਹੁਣ ਚੋਣਾਂ ਦੇ ਵੇਲੇ ਸਭ ਨਿਕਲ ਆਉਣਗੇ, ਅਕਾਲੀ ਦਲ ਦੇਖ ਲਓ ਆਹ ਕੁਰਸੀ ਹੁਣ ਚੋਣਾਂ ਆ ਗਈਆਂ, ਹੁਣ ਡਾਂਗਾ ਖਾਣ ਲਈ ਮੂਹਰੇ ਆ ਜਾਂਦਾ, ਮੇਰੇ ਮਾਰੋ ਡਾਂਗ, ਮੇਰੇ ਪਾਣੀ ਦੀ ਪਛਾੜ ਮਾਰੋ, ਮੈਨੂੰ ਹਿਰਾਸਤ ਵਿੱਚ ਲੈ ਲਓ, ਤੇ ਪਹਿਲਾਂ ਕਿਉਂ ਨਹੀਂ ਗਈ, ਲੋਕ ਹਿੱਤਾਂ ਦੇ ਲਈ ਕਿਉਂ ਘਰੇ ਘਰਾਂ 'ਚ ਬੜੇ ਰਹਿੰਦੇ ਹੋ ਤੁਸੀਂ, ਅੱਜ ਉਦੋਂ ਤੁਹਾਡੀਆਂ ਚੋਣਾਂ ਵੋਟਾਂ ਲੈਣ ਦਾ ਟਾਈਮ ਆ ਗਿਆ, ਤੁਸੀਂ ਸਾਰਾ ਕੁਛ ਕਹਿੰਦੇ ਸੀ ਲੋਕਾਂ ਲਈ ਆ ਗਏ, ਬਾਹਰ ਆ ਗਏ ਹੁਣ, ਕਿਉਂ ਪਤਾ ਚੋਣਾਂ ਆ ਗਈਆਂ, ਆਹ ਚੀਜ਼ਾਂ ਮਤਲਬ ਸਾਰਾ ਕੁਛ ਸੁਖਵਿੰਦਰ ਜੀ ਇੱਥੇ ਸਮੇਟ ਲਈ ਆਪਾਂ ਇਸ ਗੱਲ ਨੂੰ ਕਿ ਸਾਰਾ ਕੁਛ ਵੋਟਾਂ ਵਾਸਤੇ ਕਰ ਰਹੇ ਨੇ, ਅੱਜ ਦੇ ਲੀਡਰ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਸਾਰੀ ਕੋਈ ਰਾਜਨੀਤਿਕ ਦਲ ਹੈ ਆਪਦੇ ਲਈ ਲੜ ਰਿਹਾ ਹੈ, ਲੋਕ ਹੁਣ ਇਸਦਾ ਮਤਲਬ ਸਮਝਣਗੇ ਜਾਂ ਨਹੀਂ ਸਮਝਣਗੇ, ਕਿ ਇਹਨਾਂ ਨੂੰ ਲੋਕਾਂ ਦਾ ਜਿਹੜਾ ਭਵਿੱਖ ਹੈ ਆਪਣੇ ਹੱਥਾਂ 'ਚ ਲੋਕ ਲੈ ਕੇ ਇਹਨਾਂ ਨੂੰ ਦੱਸਣਗੇ ਆਉਣ ਵਾਲੇ 2022 ਦੇ ਵਿੱਚ ਕਿ ਸਾਡੇ ਲਈ ਲੜਨਾ ਤਾਂ ਇੱਦਾਂ ਲੜਨਾ ਪੈਣਾ, ਅਸੀਂ ਜੇ ਨਹੀਂ ਲੜੋਂਗੇ ਤਾਂ ਇਹਦਾ ਖਮਿਆਜ਼ਾ ਇੱਦਾਂ ਭੁਗਤਣਾ ਪਊਗਾ, ਇਹ ਹੁਣ ਲੋਕਾਂ 'ਤੇ ਡਿਪੈਂਡ ਕਰਦਾ ਸੁਖਵਿੰਦਰ ਜੀ। ਬਿਲਕੁਲ 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 ਉਧਰ, ਪਰ ਕੈਪਟਨ ਸਾਹਿਬ ਦਾ ਤੁਸੀਂ ਦੇਖਿਆ ਕਿ ਰੌਲਾ ਕਾਫੀ ਪਿਆ ਹੋਇਆ, ਉਹ ਹਾਲੇ ਤੱਕ ਨਿਬੜਨ ਦਾ ਨਾਂ ਨਹੀਂ ਲੈ ਰਿਹਾ, ਕੈਪਟਨ ਸਾਹਿਬ ਆਪਣੀ ਜਿਹੜੀ ਤਾਕਤ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਾਰਟੀ ਦੇ ਵਿੱਚ ਬੈਠੇ ਹੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਜਾਂ ਮੰਤਰੀ ਨੇ ਉਹਨਾਂ ਦੇ ਨਾਲ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ, ਹਾਲੇ ਤੱਕ ਸਿੱਧੂ ਨੂੰ ਲੈ ਕੇ ਕੁਝ ਕਲੀਅਰ ਨਹੀਂ ਹੋਇਆ ਕਿ ਉਹਨੂੰ ਦੇਣਾ ਕੀ ਹੈ, ਪਰ ਫਿਰ ਵੀ ਕਹਿੰਦੇ ਕੈਪਟਨ ਸਾਹਿਬ ਦਾ ਧੜਾ ਜਿਹੜਾ ਉਹ ਭਾਰੀ ਹੁੰਦਾ ਜਾ ਰਿਹਾ। ਦੇਖੋ ਕੈਬਨਿਟ ਦੇ ਵਿੱਚ ਫੇਰ ਬਦਲ ਦੀਆਂ ਗੱਲਾਂ ਚੱਲ ਰਹੀਆਂ ਨੇ, ਸਥਾਨਕ ਸਰਕਾਰਾਂ ਵਿਭਾਗ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ, ਉਹ 'ਚ ਹੋਰ ਪਾਵਰਾਂ ਦਿੱਤੀਆਂ ਜਾ ਰਹੀਆਂ ਨੇ, ਅਤੇ ਜਦੋਂ ਕੈਬਨਿਟ ਦੇ ਵਿੱਚ ਫੇਰ ਬਦਲ ਦੀ ਗੱਲ ਚੱਲਦੀ ਹੈ ਨਾ, ਹਰੇਕ ਵਿਧਾਇਕ ਚਾਹੁੰਦਾ ਕਿ ਮੈਂ ਮੰਤਰੀ ਬਣਾਂ, ਦੁਆਬੇ ਦੇ ਵਿੱਚ ਹੁਣ ਦੱਸਿਆ ਜਾ ਰਿਹਾ ਕਿ ਦੁਆਬੇ ਨੂੰ ਜ਼ਿਆਦਾ ਮੰਤਰੀ ਮਿਲਣੇ ਚਾਹੀਦੇ ਨੇ, ਉੱਧਰ ਥੋੜ੍ਹਾ ਜ਼ਿਆਦਾ ਜ਼ੋਰ ਲੱਗਿਆ ਹੋਇਆ, ਅਤੇ ਬਾਕੀ ਸਾਰਿਆਂ ਨਾਲ ਵਿਧਾਇਕਾਂ ਨਾਲ ਮੀਟਿੰਗਾਂ 15-15, 20-20 ਮਿੰਟ ਦੀਆਂ ਮੀਟਿੰਗਾਂ, ਹੁਣ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੇ, ਖਬਰਾਂ ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਦਰਵਾਜ਼ੇ ਖੋਲ੍ਹਦੇ ਹੈ ਵਿਧਾਇਕਾਂ ਦੇ ਲਈ, ਮੈਨੂੰ ਇਹ ਨਹੀਂ ਗੱਲ ਸਮਝ ਆਉਂਦੀ ਕਿ ਇਹ ਗੱਲਾਂ ਹੁਣ ਕਿਉਂ ਕੀਤੀਆਂ ਜਾਂਦੀਆਂ ਨੇ, ਵਿਧਾਇਕ ਜੇ ਸੱਚੀ ਮੁੱਚੀ ਚਾਹੁੰਦੇ ਸੀ ਪੰਜਾਬ ਦਾ ਭਲਾ, ਜੇ ਸੱਚੀ ਮੁੱਚੀ ਕਾਂਗਰਸ ਦੇ ਵਿੱਚ ਰੌਲਾ ਪਾਉਂਦੇ ਸੀ ਕਿ ਅਸੀਂ ਲੋਕਾਂ ਲਈ ਲੜਦੇ ਹਾਂ, ਕੈਪਟਨ ਸਾਹਿਬ ਨੇ ਕੁਛ ਨਹੀਂ ਕੀਤਾ, ਕੈਪਟਨ ਨੇ ਆਹ ਨਹੀਂ ਕੀਤਾ, ਕੈਪਟਨ ਨੇ, ਤੇ ਹੁਣ ਕਿਉਂ ਘਰਾਂ 'ਚ ਜਾ ਰਹੇ ਹੁੰਦੇ ਵੜਦੇ ਆ, ਹੁਣ ਕਿਉਂ ਦਰਵਾਜ਼ੇ ਲੰਘ ਰਹੇ ਨੇ, ਚਾਹੇ ਖੋਲ੍ਹ ਦੇਵੇ, ਹੁਣ ਹੁਣ ਇਹਦੇ ਨਾਲ ਕੀ ਸਿਮਰ ਜੂ ਪੰਜਾਬ ਦਾ ਕੁਛ, ਬੇਅਦਬੀ ਕਾਂਡ ਖਤਮ ਹੋ ਜੂਗਾ, ਸੋਲਵ ਹੋ ਜੂਗਾ, ਲੋਕਾਂ ਨੂੰ ਰੁਜ਼ਗਾਰ ਮਿਲ ਜੂਗਾ,
ਕੱਲ ਤੁਸੀਂ ਪਟਿਆਲੇ ਦੇ ਵਿੱਚ ਦੇਖਿਆ ਬੇਰੁਜ਼ਗਾਰਾਂ ਦੇ ਕਿਵੇਂ ਡਾਂਗਾ ਡੰਡੇ ਤੋੜਦੇ ਪੁਲਿਸ ਵਾਲਿਆਂ ਦੇ ਮਾਰ ਮਾਰ ਕੇ ਇਹਨਾਂ ਨੇ ਬੇਰੁਜ਼ਗਾਰਾਂ ਦੇ ਵਿਚਾਰਿਆਂ ਨੂੰ ਕੋਈ ਨੀ ਛੱਡਿਆ ਹੈਗਾ ਕਿ ਇਹਨਾਂ ਨੂੰ ਇਨਸਾਫ਼ ਮਿਲ ਜੂਗਾ ਤੁਹਾਡੇ ਅੰਦਰ ਦਰਵਾਜ਼ੇ ਖੋਲਣ ਨਾਲ ਤੁਹਾਡੇ ਅੰਦਰ ਵੜਨ ਨਾਲ ਮਤਲਬ ਕਹਿਣ ਤੋਂ ਕੁਰਸੀ ਦੀ ਲੜਾਈ ਹੈ ਜਿਹੜਾ ਕੋਈ ਲੜ ਰਿਹਾ ਲੋਕਾਂ ਦੇ ਵਿੱਚ ਆ ਜਾਂਦਾ ਲੋਕਾਂ ਦੀ ਗੱਲਾਂ ਕਰਕੇ ਲੜ ਰਿਹਾ ਆਪਣੀ ਕੁਰਸੀ ਪਿੱਛੇ ਹੁੰਦਾ ਇਹਨਾਂ ਨੂੰ ਚੀਜ਼ ਦੇ ਦਿਓ ਜੋ ਇਹਨੂੰ ਮੰਗਦੇ ਨੇ ਬੱਚਿਆਂ ਵਾਂਗੂ ਰੋਣ ਲੱਗਦੇ ਜਿੱਦ ਕਰਦੇ ਹੈ ਨਾ ਜਿਹੜੇ ਬੱਚੇ ਉਹਨੂੰ ਚੀਜ਼ ਮਿਲਦੇ ਚੁੱਪ ਕਰ ਦਿੰਦੇ ਆ ਹੁਣ ਸਾਰੇ ਪਾਸੇ ਸ਼ਾਂਤੀ ਹੈ ਹੁਣ ਟਵਿੱਟਰ ਜੰਗ ਵੀ ਬੰਦ ਹੈ ਤੁਸੀਂ ਦੇਖ ਹੀ ਰਹੇ ਹੋ ਸਭ ਕੁਛ ਬੰਦ ਹੈ ਹੁਣ ਕੈਬਨਿਟ ਚ ਫੇਰ ਬਦਲ ਹੋਣਾ ਆਪਾਂ ਪਹਿਲਾਂ ਵੀ ਕਿਹਾ ਸੀ ਕਿ ਹਾਈ ਕਮਾਂਡ ਜਿੱਧਰ ਨੂੰ ਇਸ਼ਾਰਾ ਕਰੂਗੀ ਉੱਧਰ ਨੂੰ ਚੱਲਣਾ ਪੈਣਾ ਕਾਂਗਰਸ ਦੀ ਹਵਾ ਉੱਧਰ ਨੂੰ ਵਗੂਗੀ ਪੰਜਾਬ ਚ ਚਾਹੇ ਕੋਈ ਆ ਜਾਵੇ ਤੁਸੀਂ ਸੱਤਾ ਜਿਸ ਲੋਕਾਂ ਨੂੰ ਦੱਸਦੇ ਕਿ ਸੱਤਾ ਜਿਹਦੇ ਮਰਜ਼ੀ ਹੱਥ ਦੇ ਦਿਓ ਜਦੋਂ ਜਿਸ ਚੀਜ਼ ਦੇ ਉੱਤੇ ਹਾਈ ਕਮਾਂਡ ਮੋਹਰ ਨਹੀਂ ਲਾਊਗਾ ਉਹ ਚੀਜ਼ ਕਦੇ ਪੰਜਾਬ ਚ ਹੋ ਹੀ ਨਹੀਂ ਸਕਦੀ ਹਾਈ ਕਮਾਂਡ ਕਹੇਗਾ ਬੈਠ ਜਾਓ ਤਾਂ ਬੈਠ ਜਾਣਗੇ ਇਹ ਹਾਈ ਕਮਾਂਡ ਕਹੇਗਾ ਖੜੇ ਹੋ ਜਾਓ ਤਾਂ ਖੜੇ ਹੋ ਜਾਣਗੇ ਚਾਹੇ ਸਿੱਧੂ ਆ ਜਾਏ ਚਾਹੇ ਫਿਰਨਾਵਾ ਆ ਜਾਏ ਚਾਹੇ ਰਵਨੀਤ ਬਿੱਟੂ ਆ ਜਾਏ ਚਾਹੇ ਕੈਪਟਨ ਆ ਜਾਏ ਚਾਹੇ ਕੋਈ ਆ ਜਾਏ ਇਹ ਉੱਧਰੋਂ ਉਹ ਤੋਂ ਬਿਨਾਂ ਸਾਫ਼ ਦਿਖ ਰਿਹਾ ਨਾ ਹੁਣ ਕੋਈ ਟਵੀਟ ਨਹੀਂ ਆ ਰਿਹਾ ਕੋਈ ਬਿਆਨਬਾਜ਼ੀ ਨਹੀਂ ਹੈਗੀ ਚੁੱਪ ਕਰਾ ਤਾ ਸੀ ਸਭ ਬੈਠੇ ਆ ਤੇ ਜਦੋਂ ਇਹਨਾਂ ਨੂੰ ਮਿਲ ਜੂਗਾ ਫਿਰ ਜਮਾ ਹੀ ਬੈਠ ਜਾਣਾ ਇਹਨੇ ਫਿਰ ਚੁੱਪ ਕਰਕੇ ਸਾਰਾ ਕੁਛ ਸੋਲਵ ਹੋ ਗਿਆ ਵੀ ਹਾਂ ਪੰਜਾਬ ਦੇ ਹਿੱਤਾਂ ਦੀ ਲੜ ਰਹੇ ਸੀ ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਹੋ ਗਈ ਪੰਜਾਬ ਖੁਸ਼ਹਾਲ ਹੋ ਗਿਆ ਆਹ ਦਿਨਾਂ 'ਚ ਹੀ ਖੁਸ਼ਹਾਲ ਕਰ ਦੇਣਾ ਥੋੜੇ ਦਿਨਾਂ 'ਚ ਜਦੋਂ ਆਪ ਖੁਸ਼ਹਾਲ ਹੋ ਗਏ ਕੈਬਨਿਟ ਦੀਆਂ ਵਜ਼ੀਰੀਆਂ ਜਦੋਂ ਕੈਬਨਿਟ ਮਿਲ ਗਈ ਵਜ਼ੀਰੀਆਂ ਮਿਲ ਗਈਆਂ ਕੁਰਸੀਆਂ ਮਿਲ ਗਈਆਂ ਖੁਸ਼ਹਾਲ ਹੋ ਗਏ ਤਾਂ ਪੰਜਾਬ ਖੁਸ਼ਹਾਲ ਹੈ ਆਪ ਤੰਗ ਨੇ ਸਰਕਾਰ ਤੋਂ ਤਾਂ ਪੰਜਾਬ ਦੇ ਲੋਕ ਤੰਗ ਨੇ ਪੰਜਾਬ ਦੇ ਲੋਕਾਂ ਨਾਲ ਧੱਕਾ ਹੋ ਰਿਹਾ ਆਹੀ ਚੀਜ਼ ਆ ਬਸ ਇਹਦੇ ਪਿੱਛੇ ਲੜਾਈ ਹੋ ਰਹੀ ਹੈ ਸੋ ਜਿਹੜਾ ਫੰਡ ਹੈ ਜਾਂ ਜਿਹੜੇ ਪੈਸਾ ਲੈਣਾ ਚਾਹੀਦਾ ਹੈ ਜਾਂ ਜਿੱਦਾਂ ਪਿੱਛੇ ਲੜਨਾ ਚਾਹੀਦਾ ਉਹ ਸਾਰੀਆਂ ਚੀਜ਼ਾਂ ਸਰਕਾਰ ਭੁੱਲੀ ਬੈਠੀ ਹੈ ਜੀ ਬਿਲਕੁਲ ਇਹ ਤਾਂ ਹੁਣ ਲੋਕਾਂ ਨੂੰ ਸਮਝਣਾ ਪੈਣਾ ਹੈ ਕਿ ਆਖਿਰਕਾਰ ਕੋਸ਼ਿਸ਼ ਤੇ ਸਾਡੇ ਵੱਲੋਂ ਹੁੰਦੀ ਹੈ ਕਿ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰੀਏ ਕਿ ਸਿਆਸਤ ਕਿੱਥੇ ਹੋ ਰਹੀ ਹੈ ਕਿੱਥੇ ਤੁਹਾਨੂੰ ਜਿਹੜਾ ਤੁਹਾਡੇ ਹੱਕਾਂ ਪ੍ਰਤੀ ਜਾਗਰੂਕ ਨਹੀਂ ਹੋਣ ਦਿੱਤਾ ਜਾ ਰਿਹਾ ਤੁਹਾਨੂੰ ਸਮਝਣਾ ਪੈਣਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਕਿਉਂਕਿ 5 ਸਾਲ ਜਦੋਂ ਕਿਸੇ ਹੱਥ ਬਾਗਡੋਰ ਪੜਾਈ ਜਾਂਦੀ ਹੈ ਤਾਂ ਉਹ ਸਮਝਣਾ ਪੈਣਾ ਕਿ ਉਹ ਕਾਬਲ ਹੈ ਇਸ ਦੇ ਫਿਰ ਉਸ ਤੋਂ ਬਾਅਦ ਫਿਰ 5 ਸਾਲਾਂ ਪਛਤਾਈ ਜਾਣਾ ਫਿਰ ਉਸ ਤੋਂ ਬਾਅਦ ਫਿਰ ਅਗਲੀ ਤੋਂ ਉਮੀਦਾਂ ਰੱਖਣੀਆਂ ਕਿਹੜਾ ਰਾਜਾ ਕਿਹਦੀ ਪਰਜਾ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਆਖਰੀ ਖਬਰ ਪਰਮਿੰਦਰ ਜੀ ਅਸੀਂ ਥੋੜੀ ਜਿਵੇਂ ਮੈਂ ਕਹਿ ਰਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜਾਂ ਕਹਿ ਲਓ ਕਿ ਸਿੱਖ ਸਭਾ ਨਾਲ ਸਿੱਖ ਹਿਰਦਿਆਂ ਨੂੰ ਜਿਹਨਾਂ ਨੇ ਵਲੂੰਦਰਿਆ ਇਹੋ ਜਿਹੀਆਂ ਮਸਲਿਆਂ ਦੇ ਨਾਲ ਜੁੜੀ ਆ ਦੋ ਖਬਰਾਂ ਨੇ ਕੱਟੀਆਂ ਦੋਨਾਂ ਦੇ ਉੱਤੇ ਤੁਸੀਂ ਜਵਾਬ ਦਿਓ ਆਪਣਾ ਕਿ ਇੱਕ ਤਾਂ ਇੱਕ ਗੁਰੂ ਘਰ ਦੇ ਵਿੱਚ ਜਿਹੜਾ ਸ਼੍ਰੋਮਣੀ ਕਮੇਟੀ ਦੇ ਅਧੀਨ ਹੈ ਕਹਿੰਦੇ ਉੱਥੋਂ ਇਤਰਾਜ਼ਯੋਗ ਸਮੱਗਰੀ ਇੱਕ ਖੂਹ ਦੇ ਵਿੱਚੋਂ ਕੋਈ ਸ਼ਰਾਬ ਜਾਂ ਉੱਥੋਂ ਹੱਡੀਆਂ ਵਗੈਰਾ ਮਿਲੀਆਂ ਨੇ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਕਰਤੂਤਾਂ ਜਿਹੜੀਆਂ ਸਾਹਮਣੇ ਆਈਆਂ ਉੱਥੇ ਕਾਰਵਾਈ ਹੋਈ ਹੈ ਉਹਦੇ ਨਾਲ ਕੀ ਕਿੱਦਾਂ ਪ੍ਰਭਾਵ ਪੈਂਦਾ ਕਿ ਹੋਰ ਵੀ ਥਾਂ ਇਹੋ ਜਿਹੇ ਹੈਗੇ ਨੇ ਜਿਹੜੇ ਸਿਰਫ ਇੱਦਾਂ ਹੈ ਕਿ ਇੱਕ ਦੱਬੇ ਮਤਲਬ ਹੋਏ ਨੇ ਕਿ ਉਹਨਾਂ ਮਸਲਿਆਂ ਨੂੰ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ ਵੇਲੇ ਕੁ ਵੇਲੇ ਇਹੋ ਜਿਹੇ ਮਸਲੇ ਆਉਂਦੇ ਨੇ ਤੇ ਦੂਜਾ ਢਾਡੀਆਂ ਦਾ ਮਸਲਾ ਢਾਡੀ ਕਹਿੰਦੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸ਼੍ਰੋਮਣੀ ਕਮੇਟੀ ਦਾ ਅਸੀਂ ਉਹਨਾਂ ਦੀ ਧਰਮ ਪ੍ਰਚਾਰ ਕਮੇਟੀ ਦਾ ਵਿਰੋਧ ਕਰਨਾ ਮਸਲਾ ਕੀ ਹੈ ਇਹਦਾ ਦੇਖੋ ਜਿਹੜਾ ਢਾਡੀਆਂ ਦੀ ਗੱਲ ਕੀਤੀ ਉਹ ਤਾਂ ਕਾਲੇ ਚੋਲੇ ਪਾ ਕੇ ਜਿਹੜੇ ਕਹਿੰਦੇ ਅਸੀਂ ਪ੍ਰਦਰਸ਼ਨ ਕਰਾਂਗੇ ਉਹਦਾ ਤਾਂ ਇਹੀ ਹੈ ਕਿ ਅਕਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਿਹੜਾ ਉੱਥੇ ਜਥੇ ਢਾਡੀ ਜਥੇ ਜਿਹੜੇ ਵਾਰਾਂ ਗਾਉਂਦੇ ਸੀ ਢਾਡੀ ਗਾਇਨ ਵਾਰਾਂ ਗਾਇਨ ਕਰਦੇ ਸੀ ਉਹਨਾਂ ਦੇ ਵਿੱਚੋਂ ਕੁਛ ਕੁ ਜਥਿਆਂ ਨੂੰ ਕਹਿੰਦੇ ਇਹਨਾਂ ਨੇ ਮਾਨਤਾ ਦੇ ਕੇ SGPC ਨੇ ਉਹਨਾਂ ਨੂੰ ਇਜਾਜ਼ਤ ਦਿੱਤੀ ਹੈ ਬਾਕੀਆਂ ਨੂੰ ਕਹਿੰਦੇ ਕਿ ਉਹਨਾਂ ਨੂੰ ਇਜਾਜ਼ਤ ਨਹੀਂ ਹੈਗੀ ਉੱਥੇ ਆਉਣ ਦੀ ਉੱਥੇ ਆਪਣਾ ਢਾਡੀ ਵਾਰਾਂ ਗਾਇਨ ਕਰਨ ਦੀ ਕਿਉਂਕਿ ਉਹਨਾਂ ਨੇ ਟੈਸਟ ਦੇ ਵਿੱਚ ਕਲੀਅਰ ਨਹੀਂ ਹੋਏ ਕਹਿੰਦੇ ਟੈਸਟ ਕੋਈ ਰੱਖਤਾ ਉਹਦੇ ਵਿੱਚ ਕਲੀਅਰ ਕਰਨਾ ਉਹ ਟੈਸਟ ਕਲੀਅਰ ਕਰਨਗੇ ਫਿਰ ਅੱਗੇ ਜਾ ਕੇ ਉਹ ਵਾਰਾਂ ਗਾਉਣਗੇ ਹੁਣ ਮੈਨੂੰ ਨਹੀਂ ਲੱਗਦਾ ਕਿ ਇੱਦਾਂ ਦਾ ਟੈਸਟ ਕੋਈ ਜਿਹੜਾ ਹੈਗਾ ਰੱਖਿਆ ਜਾਣਾ ਚਾਹੀਦਾ ਜਿਹੜਾ ਬੰਦਾ ਜੁੜਿਆ ਹੋਇਆ ਜਾਂ ਜਿਹਨੂੰ ਪ੍ਰਚਾਰ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਪ੍ਰਚਾਰ ਜਿਹੜਾ ਹੈਗਾ ਕੋਈ ਟੈਸਟ ਕਲੀਅਰ ਕਰਕੇ ਹੀ ਵਧੀਆ ਦਿੱਤਾ ਜਾ ਸਕਦਾ ਉਹ ਪ੍ਰਚਾਰ ਦੀਆਂ ਕੋਈ ਜਿਹੜੇ ਮਾਪਦੰਡ ਹੁੰਦੇ ਨੇ ਉਹਨਾਂ ਨੂੰ ਤੁਸੀਂ ਉਹਨਾਂ ਦੇ ਉੱਤੇ ਪਹਿਰਾ ਦੇ ਸਕਦੀ ਹੈ SGPC ਵੀ ਕਿ ਇੱਦਾਂ ਦਾ ਪ੍ਰਚਾਰ ਹੋਣਾ ਚਾਹੀਦਾ ਗੁਰੂ ਸਾਹਿਬ ਪ੍ਰਤੀ ਬਾਕੀ ਕਿਸੇ ਬੰਦੇ ਦਾ ਤਾਂ ਪ੍ਰਚਾਰ ਹੋਣਾ ਹੀ ਨਹੀਂ ਨਾ ਚਾਹੀਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੁੰਦੀ ਹੈ ਜਾਂ ਢਾਡੀ ਵਾਰਾਂ ਦੇ ਵਿੱਚ ਸਿੱਖ ਇਤਿਹਾਸ ਦੀ ਗੱਲ ਹੁੰਦੀ ਹੈ ਯੋਧਿਆਂ ਦੀਆਂ ਸੂਰਮਿਆਂ ਦੀਆਂ ਵਾਰਾਂ ਗਾਈਆਂ ਜਾਂਦੇ ਨੇ ਉਹਦੇ ਮਾਪਦੰਡ ਜ਼ਰੂਰ ਤੈਅ ਕਰ ਲਏ ਜਾਣ ਤੇ ਉਹਦੇ ਵਿੱਚ ਰਹਿ ਕੇ ਬੰਦਾ ਕਹਿ ਸਕਦਾ ਕਿ ਹਰੇਕ ਢਾਡੀ ਨੂੰ ਇਜਾਜ਼ਤ ਹੈ ਟਾਈਮ ਦਿੱਤਾ ਜਾਣਾ ਚਾਹੀਦਾ ਚਾਹੇ 15 ਮਿੰਟ ਤੋਂ ਚਾਹੇ 20 ਮਿੰਟ ਤੋਂ ਜਿਹੜਾ ਹੈਗਾ ਜਿੱਦਾਂ ਉਹ ਦੇਣਾ ਚਾਹੀਦਾ ਇਹਨਾਂ ਦਾ ਆਪਸ ਵੀ ਟਕਰਾਅ ਚੱਲਦਾ ਸੀਗਾ ਢਾਡੀ ਜੱਥਿਆਂ ਦਾ ਜਿਹੜੀ ਕੋਈ ਜਥੇਬੰਦੀਆਂ ਬਣੀਆਂ ਹੋਈਆਂ ਨੇ ਉਹਦੇ ਕਰਕੇ ਵੀ ਫੈਸਲਾ ਲਿਆ ਲੇਕਿਨ ਚਲੋ ਇਹ ਗੱਲ ਉਹ ਕਹਿ ਰਹੇ ਨੇ ਕਿ ਸਾਨੂੰ ਸਭ ਨੂੰ ਮੌਕਾ ਮਿਲਣਾ ਚਾਹੀਦਾ ਗੱਲ SGPC ਤੱਕ ਕੀ ਹੈ SGPC ਦੇ ਬਾਰੇ ਕੀ ਫੈਸਲਾ ਲੈਂਦੀ ਹੈ ਇਹ ਤਾਂ ਹੁਣ ਐਂ ਕਹਿ ਲਓ ਰੋਸ ਪ੍ਰਦਰਸ਼ਨ ਮੌਕੇ ਦੇਖਿਆ ਜਾਊਗਾ ਪਰ SGPC ਇੱਦਾਂ ਦੀ ਗੱਲਾਂ ਜਦੋਂ ਬਖਰੇਵਾਂ ਆ ਜਾਂਦਾ ਫਿਰ ਇੱਦਾਂ ਦੀਆਂ ਗੱਲਾਂ ਤੈਅ ਕਰਨੀਆਂ ਬੜੀਆਂ ਔਖੀਆਂ ਹੋ ਜਾਂਦੀਆਂ ਨੇ ਕਿ ਫੈਸਲਾ ਕਿੱਦਾਂ ਦਾ ਹੋਣਾ ਚਾਹੀਦਾ ਖਾਸ ਕਰ
ਜਦੋਂ ਸ਼੍ਰੋਮਣੀ ਕਮੇਟੀ ਦਾ ਉਹਦੀ ਗੱਲ ਹੋ ਰਹੀ ਹੋਵੇ, ਕਿਉਂਕਿ ਸ਼੍ਰੋਮਣੀ ਕਮੇਟੀ ਜਿਹੜੀ ਹੈਗੀ ਆ ਅੱਜ ਕੱਲ੍ਹ ਉਹ ਸਿੱਖ ਸਿਧਾਂਤਾਂ ਦੇ ਅਨੁਸਾਰ ਜਾਂ ਸਿੱਖ ਮਰਿਆਦਾਵਾਂ ਦੇ ਜਾਂ ਸਿੱਖੀ ਅਸੂਲਾਂ ਦੇ ਉੱਤੇ ਪਹਿਰਾ ਦੇਣ ਦੀ ਬਜਾਏ ਉਹ ਚਾਪਲੂਸੀ ਵਾਲੇ ਪਾਸੇ ਜ਼ਿਆਦਾ ਤੁਰੀ ਹੋਈ ਆ। ਆਹ ਜਿਹੜਾ ਤੁਸੀਂ ਦੂਜਾ ਜ਼ਿਕਰ ਕੀਤਾ ਹੈ ਕਿ ਗੰਗਸਰ ਸਾਹਿਬ ਜਿਹੜਾ ਜੈਤੋਂ ਦਾ ਗੁਰਦੁਆਰਾ ਸਾਹਿਬ ਹੈ, ਉੱਥੇ ਜੋ ਇਤਰਾਜ਼ਯੋਗ ਸਮੱਗਰੀ ਮਿਲੀ ਹੈ, ਦਾਰੂ ਦੀਆਂ ਬੋਤਲਾਂ ਜਾਂ ਮੀਟ ਜਿਹੜਾ ਹੈਗਾ ਉਹਦੇ ਉਹਦੇ ਕੁਛ ਅੰਸ਼ ਮਿਲੇ ਨੇ, ਉਹ ਵੱਖਰੀ ਚੀਜ਼ ਆ। ਤੇ ਗੁਰਦੁਆਰਿਆਂ ਦੇ ਵਿੱਚ ਸਰਾਵਾਂ ਦੇ ਵਿੱਚ ਇੱਦਾਂ ਦੇ ਧੰਦੇ ਕਹਿ ਲਓ ਜਾਂ ਇੱਦਾਂ ਦੀਆਂ ਕਰਤੂਤਾਂ ਹੁੰਦੀਆਂ ਨੇ, ਆਮ ਬੰਦਾ ਜਾਂਦਾ ਹੈ ਤਾਂ ਉਹਨੂੰ ਸਰਾਂ ਦੇ ਵਿੱਚ ਕਮਰਾ ਨਹੀਂ ਦਿੱਤਾ ਜਾਂਦਾ। ਮੈਂ ਸਾਫ਼ ਜੀ ਇੱਥੇ ਗੱਲ ਕਰਦਾ, ਕੋਈ ਆਪਸੀ ਰਿਸ਼ਤੇਦਾਰ, ਕੋਈ ਜੋੜਾ, ਕੋਈ ਭੈਣ ਭਰਾ ਜਾਂ ਕੋਈ ਹੋਰ ਰਿਸ਼ਤੇਦਾਰ ਚਲਾ ਜਾਵੇ ਤਾਂ ਉਹਦੀ ਪੂਰੀ ਤਰ੍ਹਾਂ ਕਹਿ ਲਓ ਕਿ ਇੱਕ ਕਾਰਵਾਈ ਕਹਿ ਲਓ ਪੂਰੀ ਕਰੀ ਜਾਂਦੀ ਹੈ ਕਿ ਉਹਦੀ ਤਹਿਕੀਕਾਤ ਕਰਕੇ ਫਿਰ ਉਹਨੂੰ ਜਵਾਬ ਹੀ ਦੇ ਦਿਆ ਜਾਂਦਾ ਕਿ ਪਤਾ ਨਹੀਂ ਕੌਣ ਨੇ ਜੀ ਇੱਦਾਂ ਨਹੀਂ ਉੱਦਾਂ ਨਹੀਂ। ਲੇਕਿਨ ਇਹਨਾਂ ਦੇ ਆਪਦੇ ਲਈ, ਇਹਨਾਂ ਦੇ ਚਹੇਤਿਆਂ ਦੇ ਲਈ, ਇਹਨਾਂ ਦੇ ਅਹੁਦੇਦਾਰਾਂ ਦੇ ਲਈ ਇਹ ਸਰਾਵਾਂ ਆ ਗੁਰਦੁਆਰਾ ਸਾਹਿਬ ਜਿਹੜੇ ਪਰਿਸਰ ਹੁੰਦੇ ਨੇ ਉਹ ਇੱਕ ਐਂ ਕਹਿ ਲਓ ਕਿ ਐਸ਼ੋ ਇਸ਼ਰਤ ਦਾ ਸਥਾਨ ਬਣ ਕੇ ਰਹਿ ਗਏ ਆ। ਕਿਉਂ? ਕਿਉਂ ਇਹਨਾਂ ਦੇ ਉੱਤੇ ਪਹਿਰਾ ਦੇਣ ਵਾਲਾ ਕੋਈ ਨਹੀਂ, ਪਹਿਰਾ ਦੇਣ ਵਾਲੇ ਖੁਦ ਇਹਨਾਂ ਦਾ ਸਾਥ ਦਿੰਦੇ ਨੇ। ਗੋਲਕਾਂ ਦੇ ਵਿੱਚੋਂ ਵੱਡੀ ਮਾਇਆ ਇੱਧਰ ਇੱਧਰ ਹੁੰਦੀ ਹੈ ਤੇ ਸ਼੍ਰੋਮਣੀ ਕਮੇਟੀ ਜਿਹੜੀ ਉੱਪਰ ਹੈੱਡ ਆਫਿਸ ਦੇ ਵਿੱਚ ਬੈਠੇ ਜਾਂ ਜਿਹੜੇ ਹਾਈ ਕਮਾਂਡ ਕਹਿ ਲਓ ਸ਼੍ਰੋਮਣੀ ਕਮੇਟੀ ਦੀ, ਉਹਨੂੰ ਤਾਂ ਵਿਹਲ ਹੀ ਨਹੀਂ ਨਾ। ਉਹਦੇ ਕੋਲ ਤਾਂ ਰਾਜਨੀਤਿਕ ਮੁੱਦਿਆਂ ਦੇ ਉੱਤੇ ਗੱਲ ਕਰਨ ਦੇ ਬਜਾਏ ਰਾਜਨੀਤਿਕ ਮੁੱਦਿਆਂ ਦੇ ਉੱਤੇ ਗੱਲਾਂ ਕਰਨ ਲਈ, ਰਾਜਨੀਤਿਕ ਲਾਹਾ ਦੇਣ ਲਈ ਇੱਕ ਸਿਆਸੀ ਪਾਰਟੀ ਜਿਹੜਾ ਅਕਾਲੀ ਦਲ ਬਾਦਲ ਹੈ ਉਹਨੂੰ ਫਾਇਦਾ ਪਹੁੰਚਾਉਣ ਲਈ, ਉਹਦੇ ਲਈ ਚੋਣਾਂ ਦੇ ਵਿੱਚ ਫੰਡ ਇਕੱਤਰ ਕਰਨ ਦੇ ਲਈ ਤੇ ਉਹਦੇ ਲਈ ਹੋਰ ਨਵੀਆਂ ਸਕੀਮਾਂ ਜਾਂ ਲੋਕਾਂ ਨੂੰ ਭਰਮਾਉਣ ਦੇ ਲਈ ਉਹਦੇ ਕੋਲ ਕਿੱਥੇ ਵਿਹਲ ਹੈ? ਉਹਨਾਂ ਨੇ ਤਾਂ ਉਸ ਪਰਿਵਾਰ ਨੂੰ, ਉਸ ਦਲ ਨੂੰ ਜਿਹੜਾ ਹੈਗਾ ਉੱਪਰ ਲੈ ਕੇ ਜਾਣਾ, ਚੋਣਾਂ ਦੇ ਵਿੱਚ ਜਿਤਾਉਣਾ, ਫੰਡ ਇਕੱਤਰ ਕਰਨੇ ਨੇ, ਰੈਲੀਆਂ ਕਰਾਉਣੀਆਂ, ਉਹਨਾਂ ਦੇ ਵੀ ਲੰਗਰਾਂ ਦਾ ਪ੍ਰਬੰਧ ਕਰਨਾ ਤੇ ਉਹਨਾਂ ਨੂੰ ਮੂਹਰੇ ਲਿਆ ਕੇ ਕਿਸੇ ਤਰ੍ਹਾਂ, ਚਾਹੇ ਕੋਈ ਉਦਘਾਟਨ ਹੈ ਚਾਹੇ ਕੋਈ ਕੁਛ ਹੈ, ਉਹਨਾਂ ਨੂੰ ਲਿਆ ਕੇ ਪੇਸ਼ ਕਰਨਾ ਕਿ ਇਹਨਾਂ ਦੇ ਕਰਕੇ ਹੀ ਹੋ ਰਿਹਾ, ਤੇ ਉਹਨਾਂ ਕੋਲ ਇਹਨਾਂ ਚੀਜ਼ਾਂ ਦੇ ਲਈ ਵੇਲ ਨਹੀਂ। ਇਹ ਤਾਂ ਸਿਰਫ ਗੋਲਕਾਂ ਰੱਖੀਆਂ ਹੋਈਆਂ ਨੇ ਗੁਰਦੁਆਰੇ ਬਣਾ ਕਿ ਉਸ ਗੋਲਕ ਚੋਂ ਇੰਨਾ ਪੈਸਾ ਮਾਇਆ ਘੱਟ ਕਿਉਂ ਆਈ ਆ, ਇਹ ਜ਼ਰੂਰ ਸਮੀਖਿਆ ਕਰਨੀ ਹੁੰਦੀ ਹੈ ਮਹੀਨੇ ਦੇ ਡੇਢ ਮਹੀਨੇ ਬਾਅਦ ਜਦੋਂ ਵੀ ਗੋਲਕ ਖੁੱਲਦੀ ਹੈ, 15 ਦਿਨ ਜਾਂ ਜਦੋਂ ਵੀ ਖੁੱਲਦੀ ਹੈ, ਇਹ ਸਮੀਖਿਆ ਕਰਨ ਲਈ ਬਕਾਇਦਾ ਤੌਰ ਤੇ ਬੰਦੇ, ਬਕਾਇਦਾ ਤੌਰ ਤੇ ਐਂ ਕਹਿ ਲਓ ਕਿ ਟਾਸਕ ਫੋਰਸ ਤੱਕ ਬਣਾਈ ਗਈ ਹੁੰਦੀ ਹੈ। ਇਹ ਸਾਡੇ ਦੇ ਉੱਤੇ ਕੋਈ ਗੱਲ ਨਾ ਕਰੇ, ਜਿਹੜਾ ਕਰਦਾ ਉਹਨੂੰ ਖੜਕਾ ਦਿਓ। ਮਾਇਆ ਜਿੱਥੋਂ ਘੱਟ ਆ ਰਹੀ ਹੈ ਉੱਥੇ ਮੈਨੇਜਰ ਬਦਲ ਦਿਓ, ਉੱਥੋਂ ਪੁੱਛੋ ਕਿਉਂ ਮਾਇਆ ਘੱਟ ਆਈ ਹੈ, ਸਮਾਗਮ ਕਰ ਲਓ ਜਿੱਥੋਂ ਗੋਲਕ ਭਰੇ ਹੋਰ, ਏਦਾਂ ਇਹ ਉਹਨਾਂ ਕੰਮਾਂ 'ਚ ਰੁੱਝੇ ਹੋਏ ਨੇ। ਸੋ ਇਹ ਕੰਮ ਤਾਂ ਹੋਣੇ ਹੀ ਨੇ ਜਦੋਂ ਤੱਕ ਲੋਕ ਨਹੀਂ ਇਹਨਾਂ ਨੂੰ ਪੁੱਛਦੇ ਕਿ ਭਾਈ ਇਹ ਗੁਰਦੁਆਰੇ ਦੇ ਵਿੱਚ ਇਹ ਪ੍ਰਬੰਧਕ ਕੌਣ ਲਾਇਆ, ਇਹਦਾ ਕੰਮ ਕੀ ਹੈ ਤੇ ਅੱਜ ਤੱਕ ਇਹਨੇ ਕੀਤਾ ਕੀ ਹੈ। ਬਿਲਕੁਲ, ਉਹਦੇ ਕੰਮ ਦੀ ਉਹਦੀ ਸਮੀਖਿਆ ਕਰਨ ਲੋਕ, ਫਿਰ ਬੁਲਾ ਕੇ ਦੱਸਣ ਕਿ ਤੁਸੀਂ ਸਾਡੇ ਇੱਥੇ ਸਥਾਨ ਦੇ ਉੱਤੇ, ਸਾਡਾ ਸਥਾਨ ਹੈ, ਇਹ ਲੋਕ ਇਹਨੂੰ ਚਲਾਉਂਦੇ ਨੇ ਆਪਦੇ ਪੈਸੇ ਨਾਲ, ਤੇ ਪ੍ਰਧਾਨ ਨੂੰ ਬੁਲਾਇਆ ਜਾਵੇ, ਕੌਣ ਹੈ ਪ੍ਰਧਾਨ SGPC ਤੁਹਾਨੂੰ ਬੁਲਾਇਆ ਜਾਵੇ ਕਿ ਸਮੀਖਿਆ ਕਰੋ, ਸਾਨੂੰ ਕੰਮ ਦੱਸੋ ਕਿੰਨਾ ਪੈਸਾ ਇਕੱਤਰ ਹੋਇਆ ਤੇ ਕਿੱਥੇ ਲਾਇਆ ਤੁਸੀਂ, ਕਿਹੜੇ ਪ੍ਰਬੰਧਕ ਕਿੱਥੇ ਨੇ, ਕਿਹੜਾ ਪ੍ਰਚਾਰ ਲਈ ਤੁਸੀਂ ਕਿਤਾਬਾਂ 'ਚ ਪਾਈਆਂ ਨੇ, ਕਿੱਥੇ ਨੇ ਕਿਤਾਬਾਂ ਵੰਡੀਆਂ ਨੇ, ਕਿਹਨੂੰ ਵੰਡੀਆਂ ਨੇ ਦੱਸੋ ਸਾਨੂੰ, ਉਹਨਾਂ ਦੇ ਨਾਂ ਦੱਸੋ, ਕਿਹਨਾਂ ਦੇ ਘਰਾਂ 'ਚ ਨੇ, ਲਾਇਬ੍ਰੇਰੀਆਂ 'ਚ ਰੱਖੀਆਂ ਹੋਈਆਂ ਨੇ ਕੁਛ ਕੁ ਕਿਤਾਬਾਂ ਹੋਣਗੀਆਂ ਜਿਹੜੀਆਂ ਰੱਖੀਆਂ ਹੋਈਆਂ ਨੇ, ਬਾਕੀ ਕੋਈ ਈਸਾਈ ਧਰਮ ਦੇਖ ਲਓ, ਛੋਟੇ ਛੋਟੇ ਟਰੈਕਟਰ 'ਚ ਪਾ ਕੇ ਆਮ ਲੋਕਾਂ ਦੇ ਵਿੱਚ ਸ਼ਰੇਆਮ ਵੰਡਦੇ ਦੇਖੇ ਜਾਂਦੇ ਨੇ ਫ੍ਰੀ ਆਫ ਕੋਸਟ। ਸਾਡਾ ਇਤਿਹਾਸ ਹੈ ਲਿਖਤੀ ਰੂਪ ਵਿੱਚ, ਹੈ ਪਹਿਲਾ ਧਰਮ ਹੈ ਦੁਨੀਆਂ ਦਾ ਜਿਹਦਾ ਇਤਿਹਾਸ ਲਿਖਿਆ ਗਿਆ ਗੁਰਬਾਣੀ ਲਿਖਤੀ ਰੂਪ 'ਚ, ਆਪ ਲਿਖਿਆ, ਜਿਹਨਾਂ ਨੇ ਗੁਰਬਾਣੀ ਰਚੀ ਉਹਨਾਂ ਨੇ ਲਿਖਿਆ ਸਾਡੇ ਅੱਗੇ ਦਿੱਤਾ, ਤੇ ਅਸੀਂ ਉਸ ਨੂੰ ਪ੍ਰਚਾਰ ਕਰਨ ਦੇ ਲਈ ਕੋਈ ਉਪਰਾਲਾ ਇਸਦਾ ਨਹੀਂ ਕਰ ਰਹੇ। ਸਾਡਾ ਫੰਡ ਕਿੱਥੇ ਜਾ ਰਿਹਾ? ਵੱਡੀਆਂ ਵੱਡੀਆਂ ਤਨਖਾਹਾਂ, ਵੱਡੀਆਂ ਵੱਡੀਆਂ ਕੋਠੀਆਂ, ਵੱਡੀਆਂ ਵੱਡੀਆਂ ਕਾਰਾਂ, ਉਹਨਾਂ ਦੇ ਤੇਲ ਸ਼ਰੇਆਮ ਖਰਚੇ ਜਾ ਰਹੇ ਨੇ, ਕੋਈ ਪੁੱਛਣ ਵਾਲਾ ਨਹੀਂ। ਤੇ ਇਹਨਾਂ ਨੂੰ ਤਾਂ ਇਸ ਪ੍ਰਸਤੀ ਲਈ ਸਥਾਨ ਚਾਹੀਦੇ ਨੇ, ਉਹ ਸਥਾਨ ਬਣ ਗਏ ਆ, ਇਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ, ਇਹਨਾਂ ਨੂੰ ਸਜਾਵਾਂ ਮਿਲਣੀਆਂ ਚਾਹੀਦੀਆਂ ਨੇ, ਖਾਸ ਕਰ ਲੋਕ ਸਜਾਵਾਂ ਦੇਣ ਇਹਨਾਂ ਨੂੰ, ਜਦੋਂ ਇਹਨਾਂ ਦੇ ਘਰਾਂ 'ਚ ਆਣਗੇ, ਹੁਣ ਕਮੇਟੀ ਉੱਥੇ ਜਾਏਗੀ, ਪੁੱਛੇਗੀ ਤਾਂ ਉਹ ਉਹਨਾਂ ਨੂੰ ਫੜਨਗੇ, ਤੁਹਾਡੀ ਡਿਊਟੀ ਕੀ, ਫਿਰ ਸ਼ਾਇਦ ਕੋਈ ਫਰਕ ਪੈ ਸਕੇ। ਜੀ ਜੀ, ਸ਼ੁਕਰੀਆ ਪਰਮਿੰਦਰ ਜੀ, ਧੰਨਵਾਦ। ਸ਼ੁਕਰੀਆ ਸੁਖਵਿੰਦਰ ਜੀ। ਸੋ ਖਬਰਾਂ ਟੌਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ, ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਕਿ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ। ਡੋਕਰਾਣੇ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ, ਮੈਨੂੰ ਇਜਾਜ਼ਤ ਦਿਓ, ਧੰਨਵਾਦ।